ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਨਿਰਭਉ ਹੋਏ ਭਜੋ ਜਗਦੀਸ਼ ਇਹੋ ਪਦਾਰਥ ਪ੍ਰਭਾਵ ਰਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਵਾਸਤੇ
ਭਜਨ ਦੇ ਆਸਣ ਵਿਛਾਉਣਾ, ਗੁਰਬਤੀ ਕਰਨੇ, ਜਲ ਪਾਣੀ, ਲੰਗਰ ਦੀ ਸਾਰੀ ਸੇਵਾ ਹਰ ਸਮੇਂ ਤਤਪਰ ਹੋ ਕੇ ਕਰਨੇ, ਔਰ ਸ਼ਾਮ ਨੂੰ ਚਰਨਾਂ ਦੀ ਸੇਵਾ ਵਿੱਚ ਦਾਸ ਬਣ ਕੇ ਖਲੋਣਾ, ਜਿੱਥੇ ਹੁਕਮ ਕਰੀਏ ਉੱਥੇ ਹਰ ਵੇਲੇ ਤਤਪਰ ਰਹਿਣਾ, ਅਰਜਨ ਕਹਿਣ ਦਾ ਮਾਂਦਾਸ, ਇਹ ਵਚਨ ਤਾਂ ਅਭਿਆਸ ਨਾਲੋਂ ਵੀ ਬਹੁਤ ਔਖਾ। ਅਭਿਆਸ ਤਾਂ ਸਵੇਰੇ ਸ਼ਾਮ ਹੋ ਜਾਏਗਾ, ਫਿਰਦਾ ਤੁਰਦਾ ਕਰ ਲਏਗਾ। ਇਹ ਤਾਂ ਫਿਰ ਮੈਂ ਹਰ ਵੇਲੇ ਤੁਹਾਡੀ ਆਦਰ ਵਿੱਚ ਰਹਾਂ, ਕਦੀ ਇੱਕ ਸਕਿੰਟ ਵੀ ਵਿਹਲਾ ਹੋ ਹੀ ਨਹੀਂ ਸਕਦਾ। ਨੌਕਰ ਦੀ ਭਾਈ 8 ਘੰਟੇ ਡਿਊਟੀ ਹੁੰਦੀ ਹੈ, ਛੁੱਟੀਆਂ ਵੀ ਮਹੀਨੇ ਵਿੱਚ 4 ਹੁੰਦੀਆਂ। ਕੋਈ ਬਿਮਾਰੀ ਠਮਾਰੀ ਆ ਜਾਏ ਫਿਰ ਵੀ ਬਹਾਨਾ ਬਾਜੀ, ਜਮਨੇ ਮਰੇ ਵਿਆਹ ਆਦਤਾਂ ਵਿੱਚ ਛੁੱਟੀ ਬਣਾ ਲੈਂਦਾ। ਪਰ ਜਿਹੜਾ ਸੇਵਕ ਹੈ ਉਸਨੂੰ ਨਾ ਆਰਾਮ ਜਾਂ ਨਾ ਛੁੱਟੀ ਹੈ, ਉਹਦੀ ਭਾਈ 24 ਘੰਟੇ ਡਿਊਟੀ ਹੁੰਦੀ ਹੈ। ਜੋ ਸੇਵਕ ਹੈ ਦਿਨ ਰਾਤ ਸੇਵਕ ਆ, ਉਹ ਸੇਵਕ ਵਰਤਾ ਕਰ ਕਰ ਮੈਨੂੰ ਬੁਲਾਏ। ਉਹ ਮਹਾਰਾਜ ਤਾਂ ਉਹਦੇ ਨਾਲ ਵੀ ਔਖਾ ਕੰਮ ਦੱਸ ਦਿੱਤਾ। ਆਪ ਜੀ ਨੂੰ ਬੇਨਤੀ ਕੀਤੀ ਸੀ ਸਰਵ ਢੰਗ ਤਰੀਕੇ ਦੀ, ਮਹਾਰਾਜ ਜੀ ਚੰਗਾ ਭਾਈ ਫੇਰਿਆ ਕਰਿਆ ਵਰ, ਜਿਹੜੇ ਅੱਖਾਂ ਤੋਂ ਬਣਾ ਕੇ ਹੈ ਲੰਗੜੇ ਦੁੱਲੇ ਪਿੰਗਲੇ ਅਬਾਜ ਹੈ, ਯਤੀਮ ਹਨ, ਦਰਦ ਹਨ, ਕੋੜੇ ਹਨ, ਰੋਗੀ ਹਨ, ਉਹਨਾਂ ਦੀ ਭਾਰੀ ਸੇਵਾ ਕਰਿਆ ਕਰ। ਰਾਜਾ ਹੈ, ਤੈਨੂੰ ਪਰਮੇਸ਼ਰ ਨੇ ਭੁਗਤੀ ਮਾਇਆ ਦਿੱਤੀ ਹੈ, ਦਾਨ ਕਰਿਆ ਕਰ, ਸੇਵਾ ਕਰਿਆ ਕਰ। ਕਹਿਣ ਲੱਗੇ ਮਹਾਰਾਜ, ਆਪ ਜੀ ਦਾ ਵਚਨ ਤੇ ਸਾਰੇ ਸੱਚ ਹੈ, ਪਰ ਬੰਦੇ ਦੀ ਆਦਤ ਇਹ ਹੈ ਮਾਇਆ ਕੋਲ ਆ ਕਿੰਨੀ ਜਾਵੇ ਕਿੰਨੀ ਬਜੇਰਵੇ ਕੋਲੋਂ ਛੱਡਣੀ ਬਹੁਤ ਔਖੀ ਹੈ। ਕੇਵਲੋ ਆਉਣ ਨੂੰ ਲੱਖਾਂ ਆਜਣ, ਕਰੋੜਾਂ ਆਜਣ, ਸਭ ਹਜਮ ਕਰੀ ਜਾਂਦਾ, ਪਰ ਨਵਾਂ ਪੈਸਾ ਵੀ ਦੇਣਾ ਬਹੁਤ ਔਖਾ ਹੁੰਦਾ। ਹੋਰ ਕੋਈ ਸਰਦ ਜਾਂ ਕੰਮ ਦੱਸ ਦਿਓ। ਕਹਿਣ ਲੱਗੇ ਚੰਗਾ, ਫਿਰ ਜਦੋਂ ਕੋਈ ਸੋਣਾ ਹੋਵੇ ਵਿਚਾਰ ਕਰਿਆ ਕਰਾ, ਜਿਵੇਂ ਤੋਂ ਚੰਗੇ ਕੰਮ ਕਿੰਨੇ ਹੋਏ ਆ, ਬੁਰੇ ਕਿਉਂ ਹੋਏ ਆ, ਅਤੇ ਇੰਨਾ ਅਰਦਾਸ ਕਰਿਆ ਕਰ, ਹੇ ਕ੍ਰਿਸ਼ਨ ਮਹਾਰਾਜ ਮੈਂ ਬਹੁਤ ਪਾਪੀ ਹੈ, ਮੈਨੂੰ ਬਖਸ਼ ਦਿਓ। ਫਿਰ ਇੱਥੇ ਆ ਕੇ ਥੋੜ੍ਹੀ ਜਿਹੀ ਸਹਿਮਤੀ ਪ੍ਰਗਟਾਈ ਭਾਈ। ਉਹ ਰਾਗੀ ਸਿੰਘਾਂ ਨੇ ਬੜੀ ਹਿੰਮਤ ਕੀਤੀ ਹੈ, ਨਹੀਂ ਸਾਡਾ ਭਾਈਚਾਰਾ ਵੀ ਭਾਈ ਇਸ ਪਾਸੇ ਬਹੁਤਾ ਕਿ ਮਾਇਆ ਆ ਜਾਏ, ਸਾਨੂੰ ਦੇਣੀ ਬਹੁਤ ਔਖੀ ਹੈ। ਪਰ ਰਾਗੀ ਸਿੰਘਾਂ ਨੇ ਭਾਈ ਬੜੀ ਚੰਗੀ ਗੱਲ ਦੀ ਅਨਾਊਂਸਮੈਂਟ ਕੀਤੀ ਹੈ ਕਿ ਜਿੰਨੀ ਮਾਇਆ ਤੁਸੀਂ ਰਾਗੀਆਂ ਨੂੰ ਸ਼ਬਦ ਭੇਟ ਕਰੋਗੇ, ਇਹ ਸਾਰੀ ਭਾਈ ਨੇਤਰਹੀਣ ਦਿਲ ਆਸ਼ਰਮ ਵਿੱਚ ਸੇਵਾ ਵਿੱਚ ਜਾਏਗੀ। ਅਸੀਂ ਤੇ ਕਦੀ ਸ਼ਬਦ ਭੇਟ ਦੀ ਮੰਗ ਕੀਤੀ ਨਹੀਂ, ਸ਼ਬਦ ਭੇਟਾ ਦੇਣੀ ਬਹੁਤ ਔਖੀ ਹੁੰਦੀ ਹੈ, ਪਰ ਫਿਰ ਵੀ ਸੰਗਤਾਂ ਪਿਆਰ ਵਿੱਚ ਰੱਖਦੀਆਂ। 3 ਦਿਨ ਤੁਹਾਨੂੰ ਭਾਈ ਮਿਲੇ ਹੈ, ਜਿੰਨੀ ਮਾਇਆ ਤੁਸੀਂ ਗੁਰੂ ਦੀ ਬਾਣੀ ਦੇ ਸਤਿਕਾਰ ਵਿੱਚ ਰੱਖੋਗੇ, ਇਹ ਸਾਰੀ ਮਾਇਆ ਭਾਈ ਰਾਗੀ ਸਿੰਘਾਂ ਨੂੰ ਦੇ ਦੇਣੀ, ਤਾਂ ਜੋ ਨੇਤਰਹੀਣ ਜੋ ਬਿਰਧ ਆਸ਼ਰਮ ਹੈ ਉਸ ਵਿੱਚ ਤੁਹਾਡੀ ਸੇਵਾ ਦਾ ਹੋਰ ਯੋਗਦਾਨ ਪੈਣਾ। ਮੇਰੀ ਸੇਵਾ ਹੋਈ ਨਹੀਂ, ਤੁਹਾਡੀ ਮਾਇਆ ਤੁਹਾਡੀ ਸੇਵਾ ਹੀ ਹੈ। ਗੱਲ ਕੇਵਲੋ ਕਿਉਂਕਿ ਜਿਹੜੇ ਬੁੜੇ ਹੁੰਦੇ ਆ ਸਾਰਿਆਂ ਦੇ ਭਾਈ ਸਾਂਝੇ ਹੁੰਦੇ ਆ, ਬੱਚੇ ਵੀ ਸਾਂਝੇ ਹੁੰਦੇ ਆ, ਤੇ ਬਿਰਧਾਂ ਦੀ ਸੰਭਾਲ ਕਰਨੀ ਬਹੁਤ ਪੁੰਨ ਹੈ, ਖਾਸ ਕਰਕੇ ਜਿਹੜੇ ਅੱਖਾਂ ਤੋਂ ਮਨਾਖੇ ਹੈ, ਇਹ ਸੇਵਾ ਦਾ ਬਹੁਤ ਵੱਡਾ ਪੁੰਨ ਹੈ। ਇਹ ਬ੍ਰਾਹਮਣ ਰਿਸ਼ੀ ਜੀ ਮਹਾਤਮਾ ਹੋਏ ਹਨ, ਬੜੇ ਪੂਜਨੀਕ। ਇਹ ਤਾਂ ਸਾਰਾ ਹੀ ਪਾਦਰੀ ਚਲੇ ਗਿਆ, ਉਹ ਕਹਿਣ ਲੱਗਿਆ ਇਹ ਸੰਤ ਜੀ ਤੁਸੀਂ ਪਰਮਾਤਮਾ ਦੇਖਿਆ,
ਕਹਿਣ ਲੱਗੇ ਕੱਲ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਇਓ, ਫਿਰ ਮੈਂ ਤੁਹਾਨੂੰ ਹੀ ਦਿਖਾ ਦਊਂਗਾ। ਜੇ ਮੈਂ ਕਹਾਂ ਮੈਂ ਦੇਖਿਆ, ਇਹ ਗੱਲ ਤੁਹਾਡੇ ਵਾਸਤੇ ਬਹੁਤ ਹੀ ਸਵਾਦਲੀ ਨਹੀਂ ਬਣੇਗੀ। ਮੈਂ ਦੇਖਿਆ, ਤੂੰ ਕਹੇ ਮੈਨੂੰ ਨਹੀਂ ਦੇਖਿਆ, ਫਿਰ ਗੱਲ ਕੋਈ ਵਧੀਆ ਨਹੀਂ ਹੋਏਗੀ। ਕੱਲ ਤੁਸੀਂ ਇਸ ਦਿੱਤੇ ਹੋਏ ਸਮੇਂ ਤੇ ਆ ਜਾਣਾ, ਤੁਸੀਂ ਆਪਣੀਆਂ ਅੱਖਾਂ ਨੇ ਗੱਲ ਦੇਖ ਲੈਣਾ। ਉਹ ਪਾਦਰੀ ਬਹੁਤ ਖੁਸ਼ ਹੋਇਆ ਕਿ ਮੈਂ ਭਾਈ ਸਾਇੰਸ ਯੁੱਗ ਦੇ ਦੇਸ਼ ਵਿੱਚੋਂ ਆਇਆ। ਉੱਧਰ ਮਾਇਆ ਬਹੁਤ ਆ, ਸੜਕਾਂ ਬਹੁਤ ਸੋਹਣੀਆਂ, ਲਾਈਟਾਂ ਬਹੁਤ ਆ, ਫੈਕਟਰੀਆਂ ਹੋਈਆਂ, ਖਾਣ ਪੀਣ ਦੇ ਪਦਾਰਥ ਬਹੁਤ ਆ, ਸਵਾਰੀਆਂ ਸਾਰੇ ਸੁੱਖ ਸਾਧਨ ਆ। ਰੱਬ ਨਹੀਂ ਉੱਧਰ ਕਿਤੇ ਮਿਲਿਆ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਦਾ ਵੀ ਇੰਤਜ਼ਾਮ ਬਹੁਤ ਹੈ, ਸਾਰੀਆਂ ਸਹੂਲਤਾਂ ਹਨ ਔਰ ਬੜੀਆਂ ਸੁਵਿਧਾ ਹਨ। ਰੱਬ ਨਹੀਂ ਦੱਸਿਆ, ਰੱਬ ਦੱਸਿਆ ਬਹੁਤ ਚੰਗੀ ਗੱਲ ਹੈ। ਕੋਈ ਭਜਨ ਕਰੇ, ਬਾਣੀ ਪੜ੍ਹੇ, ਸਿਮਰਨ ਕਰੇ, ਉਹਦੀ ਭਾਵਨਾ ਤੇ ਇਹ ਹੁੰਦੀ ਰੱਬ ਦੱਸਿਆ। ਰੱਬ ਦੇਖਣ ਵਾਸਤੇ ਹੀ ਕਰਦਾ। ਜੇ ਰੱਬ ਨਾ ਦਿਸੇ, ਕਈ ਵਾਰੀ ਮਨੁੱਖ ਨਾਸਤਕ ਹੋ ਜਾਂਦਾ। ਹੁਣ ਦਿਸਣਾ ਤਾਂ ਇਹ ਨਹੀਂ, ਛੱਡੋ ਪਰੇ, ਦੁਨੀਆਂ ਦੀ ਐਸ ਮੌਜ ਵੀ ਜਿਹੜੀ ਰੱਬ ਫੇਰ ਨਹੀਂ ਦਿਸਿਆ ਕੋਈ, ਰੱਬ ਦਾ ਕਿਹੜਾ ਛੱਡ ਦਿਓ, ਕਈ ਨਾਸਤਕ ਹੋ ਜਾਂਦੇ। ਪਰ ਕਈ ਵਿਅਕਤੀ ਹੌਸਲੇ ਨਾਲ ਲੱਗੇ ਰਹਿੰਦੇ ਆ, ਦਿਸੂਗਾ ਜ਼ਰੂਰ, ਗੱਜ ਕੇ ਬੋਲੋ। ਉਹਨੂੰ ਬੜਾ ਉਤਸ਼ਾਹ ਹੋਇਆ। ਸੰਤ ਜੀ ਨੇ ਬਚਨ ਬਹੁਤ ਵਧੀਆ ਕੀਤਾ, ਕੱਲ ਨੂੰ ਕਿਤਨੇ ਵਜੇ ਟਾਈਮ ਵੀ ਦਿੱਤਾ, ਰੱਬ ਮਿਲੂਗਾ। ਨਹੀਂ ਤਾਂ ਅੱਜ ਤੱਕ ਕਿਸੇ ਨੇ ਟਾਈਮ ਨਹੀਂ ਦਿੱਤਾ ਕਿ ਇਹ ਸਮੇਂ ਤੈਨੂੰ ਰੱਬ ਮਿਲੂਗਾ, ਇਹਨੇ ਟਾਈਮ ਵੀ ਦੇ ਦਿੱਤਾ। ਉਹ ਬਹੁਤ ਉਤਸ਼ਾਹ ਨਾਲ ਆਇਆ। ਇਹ ਦੇਖਿਆ ਉੱਥੇ ਦੋ ਕੋੜੇ ਬੈਠੇ ਸਨ, ਰਮਨ ਰਿਸ਼ੀ ਜੀ, ਔਰ ਉਹਨੂੰ ਲੈ ਕੇ ਦਵਾਈ ਬੂਟੀ ਦੁਆਰਾ ਉਹਦੇ ਸਾਰੇ ਕੂੜਿਆਂ ਦੇ ਜਗ ਨੂੰ ਸਾਫ ਕਰ ਰਹੇ ਸਨ। ਭਾਗ ਰਾਹ ਬਿਲਕੁਲ ਸੇਵਾ ਭਿੱਜੇ ਹੋਏ ਸਨ, ਜਿਵੇਂ ਪਰਮੇਸ਼ਰ ਦੀ ਸੇਵਾ ਕਰ ਰਹੇ। ਕੂੜੇ ਜਾਣ ਕੇ ਨਹੀਂ, ਕਿ ਪਰਮੇਸ਼ਰ ਨੇ ਕਿਰਪਾ ਕਰਕੇ ਸੇਵਾ ਬਖਸ਼ੀ ਹੈ, ਮੇਰਾ ਕੋਈ ਪੁੰਨ ਕਰਮ। ਬਲ ਭੱਟੀ ਕਰ ਰਹੇ ਸੀ ਦਵਾਈ ਖਿਲਾ ਕਰਕੇ, ਫਿਰ ਉਹਨਾਂ ਨੂੰ ਚਮਚਿਆਂ ਦੇ ਨਾਲ ਵਾਰੋ ਵਾਰੀ ਦਲੀਆ ਖਿਲਾ ਰਹੇ ਸਨ। ਜਦ ਨੂੰ ਪਾਦਰੀ ਜੀ ਆ ਗਏ, ਉਹਨੇ ਇਹ ਸਾਰਾ ਬਹੁਤ ਦੇਖਿਆ। ਉਹ ਤਾਂ ਆਪਣੀ ਸੇਵਾ 'ਚ ਬਿਲਕੁਲ ਲੀਨ ਸਨ। ਜਦੋਂ ਸੇਵਾ ਕੀਤੀ, ਉਹਨਾਂ ਨੇ ਨੇਤਰ ਜਿਹੜੇ ਸੀ ਪਰਤਾਏ ਪਾਦਰੀ ਵੱਲ ਦੇਖਿਆ। ਸੁਣਾਓ ਪਾਦਰੀ ਜੀ, ਰੱਬ ਦਿਸ ਪਿਆ? ਕਹਿੰਦੇ ਮਹਾਰਾਜ, ਅੱਜ ਤੇ ਪ੍ਰਤੱਖ ਦਿਸ ਪਿਆ। ਈਸਾ ਜੀ ਨੇ ਬਾਈਬਲ ਵਿੱਚ ਕਿਹਾ, ਜਿਹਨਾਂ ਰੱਬ ਦੇਖਣਾ ਹੋਵੇ ਉਹ ਰੋਗੀਆਂ ਦੀ ਸੇਵਾ ਕਰੇ। ਡਰ ਕੇ ਬੋਲੋ। ਜਦੋਂ ਜੀਵ ਦੇ ਮਨ ਵਿੱਚ ਕਿਸੇ ਡਿੱਗੇ ਪਿੱਠੇ ਬਿਮਾਰ ਰੋਗੀ ਦਰਦ ਵਾਸਤੇ ਦਇਆ ਪੈਦਾ ਹੁੰਦੀ ਹੈ, ਉੱਥੇ ਰੱਬ ਆ ਕੇ ਖਲੋ ਜਾਂਦਾ। ਇਹ ਬਹੁਤ ਵੱਡਾ ਪੁੰਨ ਕਰਮ ਹੈ। ਦਇਆ ਧਰਮ ਦਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾਲ ਛੋਟੀ ਹੈ, ਜਬ ਤੱਕ ਧਰਮ ਹੈ। ਧਰਮ ਦੇ ਚਾਰ ਪੈਰ ਆ, ਤੀਰਥ, ਤਪੱਸਿਆ, ਦਾਨ ਤੇ ਦਇਆ। ਚਾਰ ਪੈਰਾਂ ਨਾਲ ਧਰਮ ਖੜਾ, ਜੇ ਤਾਂ ਧਰਮ ਨੂੰ ਆਪਣੇ ਘਰ ਚ ਰੱਖਣਾ। ਇਹ ਚਾਰ ਗੁਣ ਭਾਈ ਪੈਦਾ ਕਰ ਲਿਓ। ਤੀਰਥ ਯਾਤਰਾ ਵੀ ਚਾਹੀਦੀ ਹੈ, ਤਪੱਸਿਆ ਵੀ, ਦਾਨ ਵੀ ਚਾਹੀਦਾ, ਦਇਆ ਵਾਲਾ ਭਾਵ। ਜਿਹਦੇ ਮਨ ਚ ਦਇਆ ਵਾਲਾ ਭਾਵ ਹੋਵੇ ਦਾਨ ਕਰਦਾ, ਜਿਹਦਾ ਭਾਵ ਹੀ ਕਸਾਈ ਵਾਲਾ ਕਠੋਰ ਹੈ ਉਹ ਦਾਨ ਭਾਈ ਕਿੱਥੋਂ ਕਰੇਗਾ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਜਿਹੜਾ ਅੱਜ ਬਚਨ ਕੀਤਾ ਇਹ ਬਹੁਤ ਵਧੀਆ ਗੱਲ ਕਿ ਬਿਰਧ ਹੋਣ ਨੇਤਰਹੀਣ, ਇਹਦਾ ਬਹੁਤ ਵੱਡਾ ਪੁੰਨ ਹੈ। ਇਸ ਨੂੰ ਵੱਡਾ ਕੋਈ ਪੁੰਨ ਹੈ ਇਹ ਬਹੁਤ ਵੱਡਾ ਪੁੰਨ ਹੈ। ਆਪਾਂ ਕਿਸੇ ਨੂੰ ਅੱਖਾਂ ਤਾਂ ਨਹੀਂ ਦੇ ਸਕਦੇ, ਪਰ ਜਿਹਨਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਉਹਨਾਂ ਦੀ ਮਦਦ ਤੇ ਕੁੱਝ ਨਾ ਕੁੱਝ ਕਰ ਸਕਦੇ ਹਾਂ। ਤੁਸੀਂ ਅੱਖਾਂ ਦਾ ਦੇ ਸਕਦਾ ਪਰਮਾਤਮਾ, ਪਰ ਅੱਖਾਂ ਵੀ ਅਸੀਂ ਦੇ ਸਕਦੇ। ਜਿਹਨਾਂ ਨੂੰ ਅੱਖਾਂ ਨਹੀਂ ਮਿਲੀਆਂ ਉਹਨਾਂ ਨੂੰ ਮਾਇਆ ਵੀ ਇੱਕ ਅੱਖ ਹੁੰਦੀ ਹੈ, ਬ੍ਰਹਮ ਗਿਆਨ ਵੀ ਇੱਕ ਅੱਖ ਹੁੰਦੀ ਹੈ। ਮਾਇਆ ਨਾਲ ਸੰਸਾਰ ਦਾ ਕੰਮ
ਕੰਮ ਚੱਲਦਾ ਬ੍ਰਹਮ ਗਿਆਨ ਨਾਲ ਲੋਕ ਪ੍ਰਲੋਕ ਬਦਲਦਾ। ਸੋ ਇਸ ਕਰਕੇ ਭਾਈ ਇਹ ਜਿੰਨੀ ਮਾਇਆ ਤੁਸੀਂ ਇੱਥੇ ਰੱਖਣੀ ਹੈ ਅੱਗੇ ਵੀ ਅਸੀਂ ਆਪਣੇ ਆਰਜਾਂ ਦੇ ਨਹੀਂ ਵਰਤੀ ਨਾ ਹੋਣੇ, ਕਿਉਂਕਿ ਸਾਡਾ ਕੰਮ ਤੇ ਭਾਈ ਆਟੋਮੈਟਿਕਲੀ ਚਲੇ ਜਾਣਾ ਬਲਕਿ ਉਹ ਲੋਕ ਇਹ ਸਾਨੂੰ ਵੀ ਨਹੀਂ ਪਤਾ ਵੀ ਚੱਲ ਕਿਵੇਂ ਹੋਇਆ ਨਾ। ਅਸੀਂ ਇਸ ਭੁੱਖ ਵਿੱਚ ਤੁਹਾਡੇ ਕੋਲ ਆਉਂਦੇ ਹਾਂ, ਸਾਨੂੰ ਭੁੱਖ ਹੈਗੀ ਹੈ ਤੁਸੀਂ ਗੁਰੂ ਨਾਨਕ ਦੇ ਸਿੱਖ ਬਣ ਜਾਓ। ਇਸ ਇੱਛਾ ਵਿੱਚ ਆਈ ਦਾ ਨਹੀਂ, ਤੁਸੀਂ ਲਿਆਉਂਦੇ ਹਾਂ ਆਪਣੇ ਜ਼ੋਰ ਨਾਲ, ਅਸੀਂ ਉੱਥੋਂ ਆ ਕੇ ਰਾਜੀ ਨਹੀਂ, ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਬੈਠੇ ਹਾਂ। ਕਿਹਦਾ ਚਿੱਤ ਕਰਦਾ ਗੁਰੂ ਨਾਨਕ ਦੇ ਚਰਨ ਛੱਡਣ ਨੂੰ? ਇਹ ਤਾਂ ਤੁਸੀਂ ਬਹੁਤ ਜ਼ੋਰ ਪਾ ਕੇ ਬੜੀ ਮਿਹਨਤ ਨਾਲ ਉਦਮ ਕਰਦੇ ਹੋ। ਤਾਂ ਭਾਈ ਆਈ ਦਾ ਉਹ ਵੀ ਮਹਾਰਾਜ ਤੋਂ ਪਹਿਲਾਂ ਮਾਫ਼ੀ ਮੰਗੀ ਦੀ ਬੇਰ ਸਾਹਿਬ, ਸੱਚੇ ਪਾਤਸ਼ਾਹ ਤੁਹਾਡੇ ਨਾਲ ਵਿਛੜਨ ਲੱਗੇ ਹਾਂ, ਆਪਣੀ ਕਿਰਪਾ ਰੱਖਿਓ, ਮਿਹਰ ਰੱਖਿਓ, ਬਾਹਰ ਜਾ ਕੇ ਬਲੈਰ ਦੇ ਸਬਜ ਬਾਗਾਂ 'ਚ ਤੁਹਾਡੇ ਚਰਨਾਂ ਦੀ ਪ੍ਰੀਤ ਨਾ ਟੁੱਟ ਜਾਏ, ਤੁਹਾਡੇ ਚਰਨਾਂ ਨਾਲ ਸੁਰਤੀ ਜੁੜੀ ਰਹੇ। ਸੋ ਆਓ ਭਾਈ, ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ, ਇਸ ਸ਼ਬਦ ਵਿੱਚ ਸਿਮਰਨ ਦੀ ਮਹੱਤਤਾ ਕਰਦੇ ਹਨ। ਅੱਜ ਕੱਲ੍ਹ ਬਹੁਤ ਤਜਰਬਾਦੀ ਦਾ ਯੁੱਗ ਹੈ, ਕਿਸੇ ਨੂੰ ਕੋਈ ਬਚਨ ਕਹੀਏ ਉਹ ਪਹਿਲਾਂ ਪੁੱਛੂਗਾ ਇਹਦਾ ਲਾਭ ਕੀ ਹੈ। ਜੇ ਕਹੀਏ ਇਸ਼ਨਾਨ ਕਰਿਆ ਕਰੋ ਤੜਕੇ ਉੱਠ ਕੇ, ਇਹਦਾ ਕੀ ਲਾਭ? ਜਪਜੀ ਸਾਹਿਬ ਪੜ੍ਹੋ, ਪੰਜ ਬਾਣੀਆਂ ਪੜ੍ਹੋ, ਆਸਾ ਦੀ ਵਾਰ ਸੁਖਮਨੀ ਸਾਹਿਬ ਮੂਲ ਮੰਤਰ ਗੁਰੂ ਮੰਤਰ ਕਰੋ, ਇਹਦਾ ਲਾਭ ਕੀ? ਰਹਿ ਰਾਸ ਪੜ੍ਹੋ ਪੜ੍ਹੋ, ਆਰਤੀ ਕੀਰਤਨ ਤੋਲਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਕੇ ਨਮਸਕਾਰ ਕਰੋ, ਸਤਿਗੁਰੂ ਔਰ ਸੰਗਤ ਦੇ ਦਰਸ਼ਨ ਕਰੋ, ਸੇਵਾ ਕਰੋ, ਸਿਮਰਨ ਕਰੋ, ਸਤਸੰਗ ਕਰੋ, ਕਹਿਣਗੇ ਕੀ ਲਾਭ ਹੈ? ਅਸੀਂ ਵੀ ਇੱਕੋ ਹੀ ਉੱਤਰ ਦੇਈਦਾ ਵੀ ਤੁਹਾਡੇ ਜੰਮਣ ਦਾ ਭਾਈ ਕੀ ਲਾਭ ਹੈ? ਅਸੀਂ ਵੀ ਨਾ ਜੰਮਦੇ ਕੀ ਫਰਕ ਪੈਣਾ ਸੀ? ਲਾਭ ਪਹਿਲਾਂ ਪੁੱਛਦੇ ਆ ਕਰਦੇ ਨਹੀਂ। ਵਿਦਿਆਰਥੀ ਮਾਰਸ਼ ਨੂੰ ਪੁੱਛੇ ਸਕੂਲ ਜਾਣ ਦਾ ਲਾਭ ਕੀ ਹੈ, ਕਲਾਸ ਅਟੈਂਡ ਹੀ ਨਹੀਂ ਕਰਦਾ, ਵਿਦਿਆ ਪੜ੍ਹਦਾ ਹੀ ਨਹੀਂ, ਇਮਤਿਹਾਨ ਦਿੰਦਾ ਹੀ ਨਹੀਂ। ਜਦੋਂ ਵਿਦਿਆ ਪੜ੍ਹੇਗਾ ਇਮਤਿਹਾਨ ਦੇਵੇਗਾ, ਤੈਨੂੰ ਕੋਈ ਡਿਗਰੀ ਡਿਪਲੋਮਾ ਮਿਲ ਜੂ, ਪਤਾ ਲੱਗ ਜੂ ਕੀ ਲਾਭ ਹੈ ਵਿਦਿਆ ਦਾ। ਉਹ ਡਿਗਰੀ ਡਿਪਲੋਮੇ ਦੀ ਬਰਕਤ ਨਾਲ ਕੋਈ ਚੰਗੀ ਕੁਰਸੀ ਮਿਲ ਜੂਗੀ, ਲੋਕ ਸਲਾਮਾਂ ਕਰਨਗੇ, ਆਪੇ ਪਤਾ ਲੱਗ ਜੂ ਕੀ ਲਾਭ ਹੈ। ਕਾਰਨ ਤੋਂ ਬਿਨਾਂ ਪਹਿਲਾਂ ਲਾਭ ਪੁੱਛਣਾ, ਕਿਸੇ ਬੀਜ ਨੂੰ ਬੀਜਣ ਤੋਂ ਪਹਿਲਾਂ ਫਲ ਦੀ ਆਸ ਕਰਨੀ, ਇਹ ਪ੍ਰਸ਼ਨ ਮੂਰਖ ਲੋਕਾਂ ਦੇ ਹੈ, ਸਿਆਣਿਆਂ ਦੇ ਨਹੀਂ। ਇਸ ਤਰ੍ਹਾਂ ਬਾਣੀ ਪੜ੍ਹਨ ਬਾਰੇ, ਨਾਮ ਜਪਣ ਬਾਰੇ ਲਾਭ ਪੁੱਛਣਾ ਅਕਲਮੰਦਾਂ ਦਾ ਪ੍ਰਸ਼ਨ ਨਹੀਂ। ਜਦੋਂ ਤੂੰ ਨਾਮ ਜਪੇਗਾ, ਸਿਮਰਨ ਕਰੇਗਾ, ਜਿਹੜਾ ਲਾਭ ਹੋਊਗਾ ਉਹ ਤੈਨੂੰ ਪਤਾ ਲੱਗ ਜੂ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚੱਲਦੇ ਹਰ ਧਨ ਪੈਸੇ, ਇਹ ਸ਼ਬਦ ਵਿਚਾਰ ਲਿਓ ਸਾਰਾ ਕੁਝ ਪਤਾ ਲੱਗ ਜੂ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ। ਪਹਿਲੀ ਆਸ਼ਟਪਦੀ ਵਿੱਚ ਸਿਮਰਨ ਕਰਨ ਦਾ ਲਾਭ ਹੀ ਦੱਸਿਆ ਕੀ ਹੈ। ਬਹੁਤ ਸੌਖੀ ਹੈ ਬਾਣੀ, ਪੜ੍ਹਨ ਮਾਤਰ ਨਾਲ ਅਰਥ ਸਮਝ ਆ ਜਾਂਦੇ ਹੈ। ਪਹਿਲੀ ਅਸ਼ਟਪਦੀ ਵਿੱਚ ਸਿਮਰਨ ਕਰਦੇ ਸਾਰੇ ਲਾਭ ਦੱਸੇ, ਪੜ੍ਹ ਲਿਓ ਵਿਚਾਰ ਲਿਓ ਭਾਈ। ਸਿਮਰਤ ਨਾਮ ਕੋਟ ਯਤਨ ਭਏ, ਨਾਮ ਦਾ ਸਿਮਰਨ ਕਰਨੇ ਨਾਲ ਕਰੋੜਾਂ ਜਿਹੜੇ ਯਤਨ ਹਨ ਇਹਦੇ ਕੀਤੇ ਹੋਏ ਸਫਲ ਹੋ ਜਾਂਦੇ ਹਨ। ਕਰੋੜਾਂ ਯਤਨਾਂ ਨਾਲੋਂ ਇਕੱਲਾ ਜਿਹੜਾ ਨਾਮ ਜਪਣਾ ਇਹ ਭਾਈ ਵਧੇਰੇ ਸਫਲ ਹੁੰਦਾ। ਪਾਠ ਪੜ੍ਹ ਲੈਣਾ, ਦਇਆ ਕਰਨਾ, ਅਰਥ ਬੋਧ, ਇਹ ਸ਼ਬਦ ਚੰਗੀ ਤਰ੍ਹਾਂ ਵਿਚਾਰ ਲਿਓ, ਪਾਠ ਪੜ੍ਹਿਓ, ਔਰ ਵੇਦ ਵਿਚਾਰਿਓ, ਨਿਵਰ ਭਿਆਨਕ ਸਾਧੇ,
ਪੰਜ ਜਣਾ ਸਮ ਸੰਗ ਨਾ ਛੁੱਟ ਗਿਓ ਅਦਕ ਆਨੁ ਬੁੱਧ ਵਾਸੇ ਚਾਰੇ ਇਨ ਬਿਨ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਕਰੋੜਾਂ ਜਿਹੜੇ ਸਾਧਨ ਹਨ ਉਹ ਯਤਨ ਵੀ ਕਰ ਲੈਣਾ ਕਰੇ ਪਰ ਨਾਮ ਸਿਮਰਨ ਤੋਂ ਬਿਨਾਂ ਭਾਈ ਸਫਲਤਾ ਨਹੀਂ ਹੁੰਦੀ। ਏਕੇ ਬਿਨਾਂ ਜਿਵੇਂ ਸਿਮਰਿਆਂ ਦਾ ਕੋਈ ਮੁੱਲ ਨਹੀਂ ਇਸੇ ਤਰ੍ਹਾਂ ਬਾਕੀ ਸਾਧਨ ਜਿਵੇਂ ਏਕੇ ਨਾਲ ਸਿਮਰੇ ਦੀ ਕੀਮਤ ਬਣ ਜਾਂਦੀ ਹੈ। ਨਾਮ ਜਪਿਆ ਜਾਏ ਉਹ ਸਾਰੇ ਪੁੰਨ ਉਪਾਸ਼ਨਾ ਜਿੰਨੇ ਕਰਮ ਹਨ ਉਹਨਾਂ ਦੀ ਕੀਮਤ ਬਣ ਜਾਂਦੀ ਹੈ। ਜੇ ਨਾਮ ਨਾ ਜਪਿਆ ਜਾਏ ਉਹ ਕਰਮ ਸਿਮਰਿਆਂ ਦੀ ਨਿਆਏ ਹਨ। ਕਰਮ ਧਰਮ ਪਾਖੰਡ ਜੋ ਤੀਸਰੇ ਜਮ ਜਾ ਬਾਕੀ ਰੂਟ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਦਾ ਨਿਮਕ ਸਿਮਰਤ ਛੋਟ ਹੈ। ਸੋ ਭਾਈ ਅੱਗੇ ਤਾਂ ਗੁਰਦੁਆਰਾ ਤੁਹਾਡਾ ਬਹੁਤ ਭਰਿਆ ਹੁੰਦਾ, ਬਹੁਤ ਵੱਡਾ ਗੁਰਦੁਆਰਾ ਤੁਹਾਨੂੰ ਬਣਾ ਕੇ ਦਿੱਤਾ। ਜੇ ਹੁਣ ਤੁਹਾਨੂੰ ਸਾਰਿਆਂ ਨੂੰ ਬਿਮਾਰੀ ਪੈਣ ਲੱਗ ਪਈ, ਬਾਬਾ ਆਨੰਦ ਸਿੰਘ ਜੀ ਦੇ ਕਹਿਣ ਵਾਂਗੂ ਜਦੋਂ ਗੁਰਦੁਆਰੇ ਕੱਚੇ ਸਿੱਖੀ ਪੱਕੀ, ਹੁਣ ਗੁਰਦੁਆਰੇ ਪੱਕੇ ਬਣੀ ਜਾਂਦੇ ਸਿੱਖੀ ਕੱਚੀ ਹੋਈ ਜਾਂਦੀ। ਗੁਰਦੁਆਰੇ ਕਿੱਡੇ ਕਿੱਡੇ ਬਣਾਏ, ਕਿੰਨੇ ਸੁੰਦਰ ਲੱਗ ਪਿੱਛੇ ਹੈ। ਇਹ ਕਾਰਨ ਕੀ ਹੈ? ਹੁਣ ਆਬਾਦੀ ਵੀ ਆਪਣੀ ਬਹੁਤ ਹੈ, ਉਤਸ਼ਾਹ ਤੁਹਾਨੂੰ ਚਾਹੀਦਾ ਸੀ ਕਿ ਸਾਨੂੰ ਉਪਦੇਸ਼ ਮਿਲਣਾ, ਪਰ ਸਾਨੂੰ ਪ੍ਰੇਰਣਾ ਦੇਣੀ ਪੈਂਦੀ ਉਤਸ਼ਾਹ ਲਈ। ਦਿਨ ਤਿੰਨ ਦੋ ਦਿਨ ਕਥਾ ਇਹ ਰਹੀ ਕਿ ਇਹ ਦਿਨ ਮੈਂ ਵੀ ਚਲੇ ਜਾਣਾ, ਤੁਸੀਂ ਵੀ ਚਲੇ ਜਾਣਾ ਕਰਕੇ ਬੋਲੋ, ਫਿਰ ਆਪਣੀ ਗੱਲ ਕਿਵੇਂ ਬਣੂਗੀ। ਸਾਰੇ ਮਾਈ ਭਾਈ ਗੱਜ ਵੱਜ ਕੇ ਭਾਈ ਆਇਆ ਕਰੋ ਸੰਗਤ। ਸੋ ਤੁਸੀਂ ਗੁਰਦੁਆਰਿਆਂ ਦੀਆਂ ਲੜਾਈਆਂ ਨਾ ਦੇਖਿਆ ਕਰੋ। ਇਹ ਗੁਰਦੁਆਰੇ ਦੀਆਂ ਲੜਾਈਆਂ ਭਾਈ ਤੁਹਾਡੇ ਘਰ ਤੋਂ ਹੀ ਆਉਂਦੀਆਂ, ਕਿਉਂਕਿ ਤੁਸੀਂ ਸਾਰੇ ਕਾਲਾ ਆ ਕੇ ਗੁਰਦੁਆਰੇ ਮੱਥਾ ਟੇਕਦੇ ਹਾਂ। ਮਹਾਰਾਜ ਕਿਰਪਾ ਰੱਖੋ ਸਾਡੇ ਘਰ ਸ਼ਾਂਤੀ ਰਹੇ ਤੇ ਸਾਡੇ ਘਰ ਡਾਂਗ ਨਾ ਖੜਕੇ ਕੋਈ। ਸਾਰੇ ਇਹੀ ਚਾਹੁੰਦੇ ਹਾਂ। ਹੁਣ ਉਹ ਜਿੰਨਾ ਮੱਥਾ ਟਕਾਈ ਕਰਦੇ ਹੈ, ਦਾਨ ਪੁੰਨ ਕਰਦੇ ਹੈ, ਉਹ ਘਰ ਦੀ ਸ਼ਾਂਤੀ ਦਾ ਹੁੰਦਾ। ਪਰ ਬਾਬਾ ਨਾਨਕ ਪੇ ਤਕੜੇ ਆ, ਪੰਜਾਂ ਸੱਤਾਂ ਮਿੰਟਾਂ 'ਚ ਹੀ ਕੰਮ ਸਰ ਜਾਂਦਾ ਕੋਈ ਕਰਕੇ ਬੋਲੋ। ਬਸ ਥੋੜ੍ਹੇ ਜਿਹੇ ਨੇ ਕੰਮ ਆਪਣਾ ਲੋਟ ਆ ਜਾਂਦਾ, ਮਹਾਰਾਜ ਕਿਰਪਾ ਕਰ ਦਿੰਦੇ। ਤੁਸੀਂ ਕਾਹਲੇ ਡਰੀ ਜਾਂਦੇ? ਇਹ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਆ ਉਹਨੂੰ ਆਪਣੀ ਸ਼ਾਂਤੀ ਦਾ ਆਪੇ ਫਿਕਰ ਆ। ਤੁਹਾਡੇ ਕੀਤਿਆਂ ਦੀ ਸ਼ਾਂਤੀ ਹੋਣੀ, ਸਤਿਗੁਰੂ ਸਮਰਾਥਾਨ ਤੁਹਾਡੇ ਰਕਸ ਦਾ ਕੜਾਹਾ ਠੰਡਾ ਕਰ ਸਕਦੇ ਹੈ, ਉਹਦਾ ਮਨ ਵੀ ਠੰਡਾ ਕਰ ਸਕਦੇ ਹਨ। ਅਤੇ ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਸੀ ਬਹੁਤਾ ਝਗੜਾ ਗਿਆਨੀਆਂ ਨੇ ਪਾਇਆ ਹੋਇਆ, ਅਗਿਆਨੀਆਂ ਤੋਂ ਝਗੜਾ ਘੱਟ ਹੁੰਦਾ, ਗਿਆਨੀਆਂ ਤੋਂ ਜ਼ਿਆਦਾ ਹੁੰਦਾ। ਕਿਉਂਕਿ ਗਿਆਨੀ ਗੱਲ ਕੋਈ ਇਹੋ ਜਿਹੀ ਕਰ ਜਾਂਦੇ ਆ ਡਾਂਗ ਖੜਕ ਪੈਂਦੀ। ਗਿਆਨੀ ਦਾ ਕੰਮ ਹੁੰਦਾ ਸ਼ਾਂਤੀ ਵਰਤਾਉਣੀ, ਪਰ ਅੱਜ ਕੱਲ੍ਹ ਜੋ ਗਿਆ ਭਾਈ ਉਲਟਾ ਕੰਮ ਚੱਲਦਾ। ਮਹਾਰਾਜ ਦਾ ਘਰ ਆ, ਸਤਿਗੁਰੂ ਸਮਰਾਥਾਂ ਸਭ ਤਮਾਏ ਠਾਂਡ ਵਰਤਾਏ, ਆਨੰਦ ਭਇਆ ਦੁੱਖ ਨਾਠੇ ਭਏ। ਅਸੀਂ ਅਮਰੀਕਾ ਗਏ ਫ੍ਰੀਮੌਂਟ, ਉੱਥੇ ਜੀ ਕੋਈ ਬਾਬਾ ਗਿਆ ਸੀ, ਉੱਥੇ ਵੀ ਡਾਂਗ ਬੜੀ ਖੜਕੀ। ਉਹ ਕਮੇਟੀ ਵਾਲੇ ਡਰੇ ਹੋਏ ਸੀ, ਉਹਨੇ ਬੈਨ ਲਾਇਆ ਸੀ ਇਹ ਕਿਹੜੇ ਭਾਈ ਸਾਧ ਨੂੰ ਨਹੀਂ ਵੜਨ ਦੇਣਾ ਇਹ ਪ੍ਰੋਗਰਾਮ। ਅਸੀਂ ਜਿਲ੍ਹੇ ਗਏ, ਅਸੀਂ ਤਾਂ ਕੋਈ ਸਾਧਾਂ ਵਾਲਾ ਠਾਡਾ ਵਾਲਾ ਬਣਾਉਂਦੇ ਹੀ ਨਹੀਂ, ਤੁਹਾਨੂੰ ਪਤਾ ਹੀ। ਅਤੇ ਪਰ ਡਰ ਉਹਨਾਂ ਨੂੰ ਫੇਰ ਵੀ ਸੀ। ਹਾਂਜੀ, ਕਹਿੰਦੇ ਅੱਗ ਦਾ ਡਰਿਆ ਸ਼ਾਹ ਤੋਂ ਵੀ ਡਰਦਾ। ਮੈਂ ਕਿਹਾ ਭਾਈ ਘਬਰਾਓ ਨਾ, ਅਸੀਂ ਤਾਂ ਭਾਂਬੜ ਜਿਹੜੇ ਬਾਲ ਗਏ ਉਹ ਵਜਾਉਣ ਵਾਸਤੇ ਆਏ ਹਾਂ, ਤੇਲ ਪਾਉਣ ਵਾਸਤੇ ਨਹੀਂ ਆਏ। ਜਿਹੜੀ ਅੱਗ ਲੱਗੀ ਹੈ ਉਹਨੂੰ ਵਜਾਉਣ ਲਈ ਆਏ। ਅਤੇ ਜਿਹੜੇ ਭਾਈ ਕਥਾ ਸੁਣੀ ਅਤੇ ਫਿਰ ਕਹਿਣ ਬਾਬਾ ਜੀ ਇੱਕ ਮਹੀਨਾ ਚਾਹੀਦਾ। ਮੈਂ ਕਿਹਾ ਕੰਮ ਤਾਂ ਭਾਈ ਹੋ ਗਿਆ ਆਪਣਾ ਇੱਕ ਘੰਟੇ 'ਚ ਜੀ, ਹੁਣ ਐਵੇਂ ਫਾਇਰ ਬ੍ਰਿਗੇਡ ਚੁੱਕੀ ਫਿਰਨੇ ਕੋਈ ਲੋੜ ਨਹੀਂ ਬਹੁਤੀ। ਇੱਕ ਘੰਟੇ ਨੇ ਤੁਹਾਡਾ ਕੰਮ ਹੋ ਗਿਆ, ਸ਼ਾਂਤੀ ਚਾਹੀਦੀ ਸੀ। ਮੀਂਹ ਚੰਗਾ ਪੈ ਜਾ ਇੱਕ ਘੰਟੇ ਦਾ ਇਹ ਬਹੁਤ ਹੁੰਦਾ, ਐਵੇਂ ਸਰਾਡੀਆਂ ਜਿਹੀਆਂ ਪਈ ਜਾਣ ਅਤੇ ਗਲੇ ਨਹੀਂ ਬਣਦੀ ਹੁੰਦੀ ਕੋਈ। ਸੋ ਮਹਾਰਾਜ ਨੇ ਭਾਈ ਕਿਰਪਾ ਕੀਤੀ, ਇਸ ਕਰਕੇ ਡਰਨਾ ਨਹੀਂ ਇਸ ਪਾਸੇ ਨਹੀਂ ਘਬਰਾਉਣਾ, ਕਿਉਂਕਿ ਭਾਈ ਸਿੰਘਾਂ ਦਾ ਪੰਥ ਹੈ, ਮਾੜਾਂ ਮੋਟੀਆਂ ਨੂੰ ਉਧਰਾਂ ਵੱਜਦੀਆਂ ਰਹਿਣੀਆਂ।
ਆਪਾਂ ਆਪਣੇ ਘਰ 'ਚ ਪ੍ਰੈਕਟਿਸ ਕਰਾਂਗੇ ਫਿਰ ਦੁਸ਼ਮਣ ਨਾਲ ਲੜਾਂਗੇ। ਇਹ ਪ੍ਰੈਕਟਿਸ ਨਾ ਹੋਊ ਤੇ ਲੜਾਂਗੇ ਕਿਵੇਂ? ਭਾਈ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹ ਸਤਿਗੁਰ ਸੇ ਮੰਗਾ। ਪਰ ਇਹੋ ਜਿਹਾ ਦੰਗਾ ਨਾ ਕਰੋ ਜਿਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਸੰਗਤ ਦਾ ਨਰਾਦਰ ਹੋਵੇ, ਕਥਾ ਕੀਰਤਨ ਦਾ ਨਰਾਦਰ ਹੋਵੇ, ਉਹ ਦੰਗਾ ਕਰਿਓ। ਦੰਗਾ ਕਰਨ ਵਾਲੇ ਜਿਹੜੇ ਪ੍ਰਸਾਦੀ ਪੰਜ ਕਾਮ ਕ੍ਰੋਧ ਹੈ, ਇਹਨਾਂ ਨੂੰ ਭਜਾ ਦਿੱਤਾ ਜਾਏ ਗਿਆਨ ਦੀ ਡਾਂਗ ਨਾਲ। ਇਹੋ ਜਿਹਾ ਪ੍ਰਗ ਰੋਜੇ ਕਰਿਓ। ਸਤਿਗੁਰ ਸੱਚੇ ਪਾਤਸ਼ਾਹ ਦੇ ਸਿਮਰਤ ਨਾਮ, ਨਾਮ ਦਾ ਸਿਮਰਨ ਕਰਨੇ ਨਾਲ ਇਹਦੇ ਜਿਹੜੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਯਤਨ ਹਨ, ਜਦੋਂ ਨਾਮ ਰਲ ਗਿਆ ਉਹ ਸਾਰੇ ਸਫਲ ਹੋ ਗਏ। ਸਾਧ ਸੰਗ ਮਿਲ ਹਰ ਗੁਣ ਗਾਏ। ਜਿਹੜੇ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਹੁਣ ਹਿੰਦੁਸਤਾਨ 'ਚ ਜੇ ਸਾਧ ਗਿਣੀਏ ਤੇ 19 ਲੱਖ ਹੈ, ਜੇ ਤਾਂ ਡੂੰਘੇ ਚੋਲੇ ਗਿਣਾਂਗੇ। ਅੱਜ ਕੱਲ੍ਹ ਚੋਲਿਆਂ ਦਾ ਵੀ ਬਹੁਤ ਫਰਕ ਹੈ। ਜੇ ਤਾਂ ਗੋਡਿਆਂ ਤੋਂ ਉੱਚਾ ਹੋਵੇ ਇਹ ਤਾਂ ਹੁੰਦਾ ਭਾਈ ਜੀ, ਤੇ ਜੇ ਭਾਈ ਗੋਡਿਆਂ ਦੇ ਬਰਾਬਰ ਹੋਵੇ ਇਹ ਰਾਗੀ ਸਾਹਿਬ ਹੈ, ਜੇ ਗੋਡਿਆਂ ਤੋਂ ਥੋੜ੍ਹਾ ਜਿਹਾ ਨੀਵਾਂ ਹੋਵੇ ਗਿਆਨੀ ਜੀ ਹੈ, ਤੇ ਜੇ ਭਾਈ ਹੋਵੇ ਪਿੰਜਣੀਆਂ ਤੱਕ ਫਿਰ ਬਾਬਾ ਜੀ ਹੈ, ਜੇ ਗਿਟਿਆਂ ਤੱਕ ਹੋਵੇ ਕੂੜਾ ਘੜੀਸਦਾ ਜਾਏ ਨਾ ਫਿਰ 108 ਪੂਰਨ ਬ੍ਰਹਮ ਗਿਆਨੀ। ਅੱਜ ਕੱਲ੍ਹ ਇਹ ਕੰਮ ਬਹੁਤ ਚੱਲਦਾ ਭਾਈ, ਪਰ ਸਾਧ ਸੰਗ ਜੀ ਚੋਲਿਆਂ ਨਾਲ ਜਾਂ ਭੇਖਾਂ ਦੇ ਨਾਲ ਕੋਈ ਫਕੀਰੀ ਦਾ ਸੰਬੰਧ ਨਹੀਂ। ਸਾਧੂ ਉਹ ਬਣਦਾ ਹੈ ਸਾਧ ਨਾਮ ਨਿਰਮਲ ਜਾ ਕੇ ਕਰਮ, ਜਿਹਦੇ ਕਰਮ ਨਿਰਮਲ ਹੈ, ਜਿਸਨੇ ਅੰਦਰ ਬਾਹਰ ਪਵਿੱਤਰ ਬਣਾ ਲਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰੂ ਦੇ ਦੱਸੀ ਹੋਈ ਕਰਨੀ ਉਹਦੇ ਮੁਤਾਬਕ ਜਿਹੜੇ ਕਮਾਈ ਕਰਦੇ ਆ ਉਹਦੇ ਵਿੱਚ ਸਾਧੂ ਵਾਲਾ ਜੀਵਨ ਆਉਂਦਾ। ਸੋ ਇਸ ਕਰਕੇ ਭਾਈ ਗਿਣਤੀ ਤੇ ਬਹੁਤ ਵੱਡੀ। ਮਹਾਰਾਜ ਕਹਿੰਦੇ ਗੁਰਮੁਖ ਕੋਟ ਆਧਾਰ ਦਾ ਦੇ ਨਾਵੈ ਇੱਕ ਕਣੀ, ਜੇ ਕੋਈ ਗੁਰਮੁਖ ਬਣ ਜਾਏ ਨਾਮ ਦੀ ਇੱਕ ਕਣੀ ਨਾ ਕਰੋੜਾਂ ਦੀ ਕਲਿਆਣ ਕਰ ਦਿੰਦਾ। ਹੁਣ ਤਾਂ 19 ਲੱਖ ਹਿੰਦੁਸਤਾਨ 'ਚ ਘੁੰਮਦਾ, ਕਿੰਨਿਆਂ ਕਦੀ ਕਲਿਆਣ ਹੋ ਰਹੀ, ਪਰ ਸਭ ਭੇਖੀ ਆ। ਕਮਾਈ ਵਾਲਾ ਕੋਈ, ਕਮਾਈ ਵਾਲਾ ਤੇ ਇੱਕ ਸਾਧੂ ਹੀ ਆ ਜਾਏ ਉਹ ਲੋਕਾਂ ਦਾ ਜੀਵਨ ਪਲਟ ਕੇ ਆ ਦਿੰਦਾ। ਅੱਜ ਕੱਲ੍ਹ ਤਾਂ ਮਾਇਆ ਪਦਾਰਥਾਂ ਦੀ ਦੌੜ ਲੱਗੀ ਹੋਈ ਹੈ ਕਿ ਵਲੈਤਾਂ 'ਚੋਂ ਨੋਟ ਬਹੁਤ ਮਿਲ ਜਾਂਦੇ ਹੈ, 1 ਦੇ 80-85 ਮਿਲ ਜਾਂਦੇ ਹੈ, ਮਰਸਰੀ ਗੱਡੀ ਖਰੀਦ ਲਾਂਗੇ, ਛੇਲੇ ਚਾਰੜੇ ਵਾਹਵਾ ਹੋਣਗੇ, ਜਾਂ 2 ਬਦੂਕੜੀਆਂ ਨਾਲ ਲੈ ਕੇ ਘੁੰਮ ਲਾਂਗੇ, ਅਟੈਚ ਬਾਥਰੂਮ ਬਣ ਜਾਣਗੇ, AC ਲੱਗ ਜੂਗੀ ਤੇ ਚੰਗਾ ਬੈੱਡ ਡਾਲਾਂਗੇ ਤੇ 5-7 ਚੀਜ਼ੀਆਂ ਸੈਂਟ ਦੀਆਂ ਛਿੜਕ ਲਾਂਗੇ। ਸੰਤ ਪੁਣਾ ਆ ਕੇ ਇੱਥੇ ਖੜ ਗਏ ਗੱਲ ਕੇ ਬੋਲੋ। ਕਈਆਂ ਨੇ ਸੰਤਾਂ ਦੇ ਸਾਈਨ ਬੋਰਡ ਲਾਏ, ਪਰ ਸੰਤ ਬਣਨ ਵਾਸਤੇ ਕਮਾਈ ਕਰਨੀ ਪੈਣੀ ਹੈ, ਬੰਦਗੀ ਕਰਨੀ ਪੈਣੀ ਹੈ। ਤੁਸੀਂ ਗ੍ਰਹਿਸਥੀ ਲੋਕ ਜਿਹੜੇ ਹੈ, ਜੇ ਤੁਹਾਨੂੰ ਗਿਆਨ ਦੀ ਗੱਲ ਕਰੀਏ ਤੁਸੀਂ ਗੁੱਸਾ ਬਹੁਤ ਕਰਦੇ ਹੈ, ਕਿਉਂਕਿ ਗਿਆਨ ਦੀ ਅੱਖ ਪੈਦਾ ਕਰੋ। ਇੱਕ ਵਿਰਾਗ ਦੀ ਅੱਖ ਹੈ, ਇੱਕ ਗਿਆਨ ਦੀ ਅੱਖ ਹੈ। ਜਿੰਨਾ ਚਿਰ ਇਹ 2 ਅੱਖਾਂ ਨਹੀਂ ਮਿਲਦੀਆਂ, ਸੋਤੀ ਤੇ ਸਿਮਰਤੀ ਦੇ ਕੰਨ ਨਹੀਂ ਤੁਹਾਨੂੰ ਮਿਲਦੇ। ਔਰ ਸਾਧ ਸੰਗਤ ਜੀ ਸੇਵਾ ਤੇ ਸਿਮਰਨ ਰੂਪੀ ਹੱਥ ਨਹੀਂ ਹਨ, ਧਰਮ ਤੇ ਸੰਤੋਖ ਰੂਪੀ ਪੈਰ ਨਹੀਂ ਹਨ, ਉਦੋਂ ਤੱਕ ਮਨ ਵਿੱਚ ਚੰਗੀ ਵਿਚਾਰਧਾਰਾ ਰੂਪੀ ਸੰਕਲਪ ਨਹੀਂ, ਬੁੱਧੀ ਵਿੱਚ ਨਿਸ਼ਠਾ ਨਹੀਂ ਹੈ ਧਰਮ ਉੱਪਰ, ਉਦੋਂ ਤੱਕ ਤੁਹਾਡਾ ਕੀਤਾ ਹੋਇਆ ਸਾਰਾ ਕੁਝ ਥੋੜ੍ਹਾ ਹੀ ਹੈ। ਇਹ ਗੱਲਾਂ ਸਮਝਣ ਵਾਲੀਆਂ, ਪਹਿਲਾਂ ਤੁਸੀਂ ਦੌੜਦੇ ਬਹੁਤ ਆ, ਮਾੜੀ ਜਿਹੀ ਸਵਾਹ ਲਾ ਕੇ ਕੋਈ ਧੌਣ ਨੂੰ ਆ ਜਾਂਦਾ, ਬਹੁਤ ਵੱਡੇ ਬਾਬਾ ਜੀ ਆਏ, ਕਾਮਨਾ ਦੇ ਬੱਧੇ ਹੈ, ਜਦੋਂ ਲੁੱਟ ਘਸੁੱਟ ਕੇ ਚੱਲ ਜਾਂਦੇ ਹੈ ਇਹ ਭੰਡੀ ਪ੍ਰਚਾਰ ਕਰਦੇ ਹੈ, ਅਤੇ ਜੇ ਪਹਿਲਾਂ ਹੀ ਵਿਵੇਕ ਬੁੱਧੀ ਹੋਵੇ ਵਿਚਾਰ ਨਾ ਚੱਲੀਏ, ਬਾਅਦ 'ਚ ਫਿਰ ਸਾਧ ਸੰਗਤ ਜੀ ਆਪਾਂ ਨੂੰ ਕੁਦਰੂ ਕਿਉਂ ਵਜਾਉਣੇ ਪੈਣ? ਕਾਰਨ ਇਹ ਹੈ ਕਿ ਅਸੀਂ ਵਿਵੇਕ ਤੋਂ ਹੀਣ ਹੋ ਕੇ ਇਹਨਾਂ ਲੋਕਾਂ ਦੇ ਮਗਰ ਘੁੰਮਦੇ। ਸਾਧੂ ਦਾ ਜੀਵਨ ਹੈ ਤਿਆਗ ਅਤੇ ਵਿਰਾਗ ਦਾ। ਸਭ ਤੋਂ ਪਹਿਲਾ ਗੁਣ ਕੀ ਹੈ ਸਾਧੂ ਦਾ? ਅਹਿੰਸਾ। ਮਨ ਵਾਣੀ ਸਰੀਰ ਕਰਕੇ ਕਿਸੇ ਦੀ ਹਿੰਸਾ ਨਾ ਕਰਨੀ, ਇਹ ਸੰਤ ਦਾ ਬਹੁਤ ਵੱਡਾ ਗੁਣ ਹੈ। ਸਰੀਰ ਕਰਕੇ ਹਿੰਸਾ ਨਹੀਂ ਕਰਨੀ,
ਮਨ ਕਰਕੇ ਨਹੀਂ ਕਰਨੀ, ਬਾਣੀ ਕਰਕੇ ਨਹੀਂ ਕਰਨੀ। ਫਿਰ ਦੂਜਾ ਗੁਣ ਸਾਧ ਸੰਗ ਜੀ ਹੈ ਸੰਤ ਪੁਰਸ਼ ਦਾ, ਇਹ ਸੱਤ ਸੱਤ ਨੂੰ ਗ੍ਰਹਿਣ ਕਰਨਾ ਸੱਚ ਨੂੰ। ਪਰ ਅੱਜ ਕੱਲ੍ਹ ਝੂਠ ਦਾ ਬੋਲਬਾਲਾ ਬਹੁਤ ਵੱਧ ਚੁੱਕਾ, ਸੱਚ ਕਾਲ ਕੂੜ ਵਰਤਿਆ, ਕੱਲ ਕਾਲਕ ਬੇਤਾਲ, ਜੀਓ ਬੀਜ ਪੱਤ ਲੈ ਗਏ ਆਪ ਕਿਉਂ ਉਗਵੈ ਦਾਲ, ਸਾਬਤਾ ਦਾਣਾ ਦਾ ਜੰਮੂ ਦਾਲ ਕਿੱਥੋਂ ਜੰਮੂਗੀ। ਸੱਤ ਦਾ ਤੇ ਦਲੀਆ ਮਲੀਆ ਕਰ ਦਿੱਤਾ ਲੋਕਾਂ ਨੇ, ਝੂਠ ਇੰਨਾ ਲਫਾਵੇਬਾਜ਼ੀ ਇੰਨੀ ਬਣਾਈ ਹੋਈ ਹੈ। ਸੋ ਇਸ ਕਰਕੇ ਕਹਿੰਦੇ ਪੁੱਛਿਆ ਕਰਦੇ ਪੁੱਝੇ ਅਤੇ ਲੋਕਾਂ ਦਾ ਵਿਸ਼ਵਾਸ ਕੀ ਰਹੇ। ਜਦੋਂ ਮੈਂ ਦਿਆਲਾ 1988 ਚ ਆਇਆ ਸੀ ਤੇ ਸੰਗਤ ਦੀਆਂ ਪਤੀੜਾਂ ਪੈਂਦੀਆਂ ਸੀ, ਜਿੱਦਣ ਦੇ ਸਾਡੇ ਬਾਬੇ ਬਹੁਤ ਆਉਣ ਲੱਗੇ ਹੈ ਸ਼ਰਧਾ ਖੰਭ ਲਾ ਕੇ ਉੱਠ ਗਏ, ਕਿਉਂਕਿ ਘਰਾਂ 'ਚ ਨੀਂਦੇ ਖਾ ਖਾ ਮਾਇਆ ਗ੍ਰਾਹ ਗ੍ਰਾਹ ਕੇ ਲੋਕਾਂ ਦਾ ਜੀਣਾ ਦੁਬਰ ਕਰ ਦਿੱਤਾ, ਗ੍ਰਿਸ਼ਤੀਆਂ ਦਾ ਨਿਸ਼ਰਧਾ ਕਰਕੇ ਰੱਖ ਦਿੱਤੇ ਲੋਕ। ਪਹਿਲਾਂ ਐਡਰੈਸ ਲਿਖ ਕੇ ਲਿਆਉਂਦੇ ਕਾਪੀਆਂ 'ਤੇ, ਇਹ ਫੋਨ ਕਰਦੇ ਆ ਬੀਬੀ ਜੀ ਅਸੀਂ ਪਹੁੰਚ ਗਏ, ਅੱਜ ਭੋਜਨ ਤੁਹਾਡੇ ਛਕਾਂਗੇ, ਆਪੇ ਨਿੰਦਾ ਫਰਮਾਈ ਜਾਂਦੇ ਕਰੀਏ ਉਹ ਲੋਕ। ਉਸ ਫਿਰ ਇਹੋ ਜਿਹਾ ਸਾਧ ਸੰਗ ਜਿਹੜੇ ਟੁਪਟੇਰ ਲੋਕ ਹਨ, ਇਹਨਾਂ ਨੇ ਫਕੀਰੀ ਦਾ ਸਤਿਆਨਾਸ ਕਰਕੇ ਰੱਖ ਦਿੱਤਾ। ਸਾਧੂ ਦਾ ਜੀਵਨ ਹੈ ਤਿਆਗ ਬਰਾਗ ਦਾ, ਨਾਮ ਪਾਣੀ ਦਾ, ਸਾਧੂ ਵਿੱਚ ਸਾਧੂ ਹੋਵੇ। ਫਿਰ ਤੀਸਰਾ ਗੁਣ ਸਾਧੂ ਦਾ ਕੀ ਹੈ, ਅਸਤੇ ਚੋਰੀ ਨਾ ਕਰੇ। ਚੋਰੀ ਚੋਰੀ ਕਈ ਤਰ੍ਹਾਂ ਦੀ, ਹੁਣ ਇਕੱਲੇ ਇਕੱਲੇ ਅੱਖਰ ਦੀ ਵਿਆਖਿਆ ਕਰਾਂ ਬਹੁਤ ਲੰਬਾ ਸਮਾਂ ਲੱਗੇਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਉਸ ਤੋਂ ਬਾਅਦ ਸਾਧ ਸੰਗਤ ਜੀ ਹੈ ਬ੍ਰਹਮਚਰਜ, ਬ੍ਰਹਮਚਰਜ ਹੋਣਾ। ਅਖਬਾਰਾਂ ਵਿੱਚ ਜੋ ਅੱਜ ਖਬਰਾਂ ਆ ਰਹੀਆਂ, ਅਸੀਂ ਤਾਂ ਸ਼ਰਮ ਦੇ ਮਾਰੇ ਤੁਹਾਡੇ ਦੇਸ਼ਾਂ 'ਚ ਆਉਣ ਲਈ ਤਿਆਰ ਨਹੀਂ ਹੁੰਦੇ, ਕਿ ਅਸੀਂ ਗਰੀਬ ਆਦਮੀ ਹੈ, ਸਾਨੂੰ ਕਾਨਿਆਂ 'ਚ ਸਿਰ ਲੁਕੋ ਕੇ 4 ਦਿਨ ਕੱਟ ਲੈਂਦੇ ਹੋ, 4 ਦਿਨ ਕੱਟ ਲਈਏ ਬਾਬੇ ਨਾਨਕ ਦੇ ਚਰਨਾਂ 'ਚ ਬਹਿ ਕੇ, ਸਾਡਾ ਪੜਦਾ ਗੁਰੂ ਨਾਨਕ ਬਣਾ ਛੱਡੇ। ਪਰ ਸਾਧ ਸੰਗਤ ਦੀਆਂ ਅਖਬਾਰਾਂ ਪੜ੍ਹਦੇ, ਟੈਲੀਵਿਜ਼ਨਾਂ, ਇੰਟਰਨੈੱਟਾਂ, ਇਹਨਾਂ ਲੋਕਾਂ ਨੇ ਸਾਧ ਸੰਗਤ ਜੀ ਉਹ ਕੁਝ ਕਰਕੇ ਵਿਖਾ ਦਿੱਤਾ ਕਿ ਇਸ ਵੇਲੇ ਜਿਨ੍ਹਾਂ ਨੇ ਸੰਸਾਰ ਦਾ ਮਾਰਗ ਦਰਸ਼ਨ ਕਰਨਾ ਸੀ ਉਹ ਆਪ ਲੋਕ ਕਿੱਧਰ ਨੂੰ ਤੁਰੇ ਜਾ ਰਹੇ, ਉਹਨਾਂ ਦੀ ਹਾਲਤ ਕੀ ਬਣਗੀ। ਮਾਇਆ ਪਦਾਰਥਾਂ ਦੀ ਦੌੜ ਨੇ ਉਹਨਾਂ ਦੇ ਜੀਵਨ ਬਰਬਾਦ ਕਰਤੇ, ਤਪੱਸਿਆ ਛੱਡਤੀ, ਸਿਮਰਨ ਛੱਡਤਾ, ਤਿਆਗ ਛੱਡਤਾ, ਵਿਰਾਗ ਛੱਡਤਾ, ਭਗਤੀ ਛੱਡ ਦਿੱਤੀ, ਗਿਆਨ ਛੱਡਤਾ, ਧਰਮ ਛੱਡਤਾ। ਧਰਮ ਤੇ ਹੁਣ ਮਾਇਆ ਹੀ ਬਣ ਗਿਆ, ਬਾਕੀ ਰਿਹਾ ਹੀ ਕੁਝ ਨਹੀਂ। ਸੋ ਸਾਧ ਸੰਗਤ ਜੀ ਉਹ ਬ੍ਰਹਮਚਰਜ ਗ੍ਰਹਿਸਥੀ ਵਾਸਤੇ ਏਕਾ ਨਾਰੀ ਜਤੀ, ਜਿਹੜਾ ਬ੍ਰਹਮਚਾਰੀ ਹੈ 8 ਪ੍ਰਕਾਰ ਦੇ ਵਿਕਾਰ ਉੱਪਰ ਕਾਬੂ ਪਾਵੇ। ਔਰ ਸਾਧ ਸੰਗਤ ਜੀ ਉਹ ਕਿਹੜਾ ਹੈ, ਸਰਵਣ ਸਿਮਰਨ ਕੀਰਤਨ ਚਿਤਵਤ ਬਾਤ ਅਕੰਧ ਕੇਲ ਕਰਨ ਪ੍ਰਯਤਨ ਕੰਨ ਪ੍ਰਾਪਤ ਅਸ਼ਟ ਕਹੰਤ। ਇਹ 8 ਪ੍ਰਕਾਰ ਦਾ ਵਿਕਾਰ ਹੈ, ਇਹਦੇ ਉੱਪਰ ਕਾਬੂ ਪਾਵੇ ਬਾਬਾ ਦੀਪ ਸਿੰਘ ਮਨ ਨੂੰ, ਫਿਰ ਉਸ ਪੁਰਸ਼ ਨੂੰ ਫਰੇਸ਼ ਤੇ ਵੀ ਨਮਸਕਾਰ ਕਰਦੇ ਹਨ। ਮਨੁੱਖਾਂ ਦੀ ਤਾਂ ਗੱਲੇ ਹੀ ਛੱਡ ਦਿਓ, ਜਿਹੜਾ ਬਾਬਾ ਦੀਪ ਸਿੰਘ ਮਾਹੂ, ਭਾਈ ਗੁਰਦਾਸ ਜੀ ਮਾਹੂ, ਅਕਾਲੀ ਫੂਲਾ ਸਿੰਘ ਮਾਹੂ, ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਉਹਤੀ ਮਰਦਾਨ, ਬਾਬਾ ਜਵਾਲਾ ਸਿੰਘ, ਬਾਬਾ ਆਨੰਦ ਸਿੰਘ ਜੀ ਵਰਗਾ ਬ੍ਰਹਮਚਾਰੀ ਕੋਈ ਪੁਰਸ਼ ਹੋਵੇ, ਫਰੇਸ਼ ਤੇ ਵੀ ਨਮਸਕਾਰ ਕਰਦੇ, ਫਰੇਸ਼ ਤੇ ਵੀ। ਐਸੇ ਪੁਰਸ਼ ਹਨ ਬਾਣੀ ਕਹਿੰਦੀ, ਐਸੇ ਜਿਹੜੇ ਪੁਰਸ਼ ਹਨ, ਜਾਂ ਤਾਂ ਸੰਗ ਬਾਦਸ਼ਾਹ ਸੁਰਦੇਵ ਔਰ ਮੋਗ ਦਰਸ ਸਫਲ ਜਾ ਕੀ ਸੇ, ਉਹਨਾਂ ਦਾ ਦਰਸ਼ਨ ਦੇਵਤਿਆਂ ਦਾ ਰਾਜਾ ਇੰਦਰ ਵੀ ਲੋਚ ਰਿਹਾ, ਉਹਨਾਂ ਦੀ ਸੇਵਾ ਕੀਤੀ ਅਮੋਘ ਨਿਸਫਲ ਨਹੀਂ ਜਾਂਦੀ, ਸੇਵਾ ਕੀਤੀ ਕਦੀ ਨਿਸਫਲ ਨਹੀਂ ਜਾਂਦੀ, ਸਫਲ ਹੋ ਜਾਂਦੀ, ਐਸੇ ਉਹ ਲੋਕ ਹੁੰਦੇ ਹਨ। ਸੋ ਸਾਧ ਸੰਗਤ ਜੀ ਉਸ ਤੋਂ ਗਾਂ ਹੈ ਆਪ ਪਰਿਗ੍ਰਹਿ, ਲੋੜ ਤੋਂ ਵੱਧ ਕੋਈ ਚੀਜ਼ ਗ੍ਰਹਿਣ ਨਾ ਕਰਨ। ਭਗਵਾਨ ਬੁੱਧ ਬੈਠੇ ਸਨ, ਕੋਈ ਪ੍ਰੇਮੀ ਸਰਦੀ ਦਾ ਮੌਸਮ ਕੰਬਲ ਵੰਡਦਾ ਆ ਰਿਹਾ, ਭਗਵਾਨ ਬੁੱਧ ਕੋ ਆਏ, ਮਹਾਰਾਜ ਆਪ ਜੀ ਵੀ ਕੰਬਲ ਗ੍ਰਹਿਣ ਕਰੋ, ਸਰਦੀ ਬਹੁਤ ਹੈ। ਭਗਵਾਨ ਬੁੱਧ ਨੇ ਨੇਤਰ ਖੋਲ੍ਹੇ, ਕਹਿਣ ਲੱਗੇ ਤੁਸੀਂ ਕਦੀ ਠੰਡ ਵਿੱਚ ਆਪਣਾ ਨੱਕ ਢੱਕਿਆ? ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਨੱਕ ਤੇਰੇ ਨੂੰ ਠੰਡ ਲੱਗਦੀ ਕਿ ਨਹੀਂ? ਕਹਿੰਦੇ ਮਹਾਰਾਜ ਤਾਂ ਅਭਿਆਸ ਹੋ ਗਿਆ, ਹੁਣ ਨੱਕ ਠੰਡੇ ਨਹੀਂ ਮੰਨਦਾ।
ਕਹਿੰਦੇ ਤੈਨੂੰ ਨੱਕ ਨੰਗਾ ਰੱਖ ਕੇ ਅਭਿਆਸ ਹੋ ਗਿਆ ਠੰਡ ਵਿੱਚ ਬਚਣ ਦਾ, ਸਾਨੂੰ ਸਾਰੇ ਸਰੀਰ ਦਾ ਹੀ ਅਭਿਆਸ ਹੋਇਆ ਹੈ। ਗੱਲ ਕੇ ਬੋਲੋ ਤੇਰੇ ਭੂਰਿਆਂ ਦੀ ਲੋੜ ਨਹੀਂ। ਆਹ ਪਰੀ ਗ੍ਰਹਿ ਲੋੜ ਤੋਂ ਵੱਧ ਕੋਈ ਚੀਜ਼ ਗ੍ਰਹਿਣ ਨਹੀਂ ਕਰ, ਪਰ ਸਾਡੀ ਤ੍ਰਿਸ਼ਨਾ ਦਾ ਪੇਟ ਧਾਰਮਿਕ ਲੋਕਾਂ ਦਾ ਇੰਨਾ ਵੱਧ ਚੁੱਕਾ, ਉਸ ਨੂੰ ਭਰਨਾ ਬਹੁਤ ਔਖਾ ਹੋ ਰਿਹਾ। ਜਿਹਨਾਂ ਲੋਕਾਂ ਨੇ ਸਤ ਸੰਤੋਖ ਦੀ ਸਿੱਖਿਆ ਦੇਣੀ ਸੀ, ਜਦੋਂ ਉਹ ਹੀ ਤ੍ਰਿਸ਼ਨਾ ਦੀ ਲਪੇਟ ਵਿੱਚ ਆ ਗਏ, ਤੁਹਾਨੂੰ ਗ੍ਰਹਿਸਥੀਆਂ ਨੂੰ ਐਸਾ ਉਪਦੇਸ਼ ਕਿਨ ਦੇਣਾ ਪਈ। ਆ ਪਰੀ ਗ੍ਰਹਿ ਲੋੜ ਤੋਂ ਬਾਅਦ ਕੋਈ ਚੀਜ਼ ਗ੍ਰਹਿਣ ਨਾ ਕਰਨੀ, ਕਿੰਨੀ ਵੀ ਕੀਮਤੀ ਆ ਜਾਏ। ਬਾਬਾ ਜਗਤਾ ਜੀ ਜਾ ਰਹੇ ਸਨ, ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਨਮਸਕਾਰ ਕਰਨ ਆ ਰਹੇ ਸਨ। ਪੁੱਛਿਆ ਇਹ ਹੰਸ ਕੌਣ? ਕਹਿੰਦੇ ਮਹਾਰਾਜ ਭਾਈ ਜਗਤਾ ਜੀ ਮਹਾਰਾਜ। ਕਹਿੰਦੇ ਸਾਹਿਬ ਧੰਨਵਾਦ, ਦਰਸ਼ਨ ਹੋ ਗਏ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਇੱਕ ਸੋਨੇ ਦੀ ਬਰਾਗਣ ਜਿਹਦੇ ਵਿੱਚ ਹੀਰੇ ਜੜੇ ਸਨ, ਭਾਈ ਜਗਤਾ ਜੀ ਨੂੰ ਭੇਟ ਕੀਤੀ ਹੈ। ਭੇਟ ਕਰਕੇ ਚਲੇ ਗਏ। ਕਿੰਨੇ ਨੂੰ ਇੱਕ ਨਾਂਗਾ ਸਾਧ ਆ ਗਿਆ, ਉਹ ਭਰਨ ਗਿਆ ਕਿ ਬਰਾਗਣ ਬਹੁਤ ਵਧੀਆ। ਕਹਿੰਦੇ ਜੀ ਗੁਰੂ ਨਾਨਕ ਦੇ ਮੱਤ ਵਿੱਚ ਤਾਂ ਕੋਈ ਸਾਧੂ ਬਰਾਗਣ ਤੇ ਬਹਿੰਦਾ ਨਹੀਂ, ਇਹ ਸਾਡਾ ਨਾਂਗਿਆਂ ਦਾ ਕੰਮ ਹੈ, ਜਿਹੜੇ ਲੰਮੀਆਂ ਲੰਮੀਆਂ ਯੋਗਾ ਅਭਿਆਸ ਦੀਆਂ ਸਮਾਧੀਆਂ ਲਾਉਂਦੇ ਹਾਂ, ਮੈਨੂੰ ਦੇ ਦਿਓ। ਕਹਿੰਦੇ ਲੈ ਭਾਈ ਤੂੰ ਲੈ ਜਾ। ਸੇਵਾਦਾਰਾਂ ਨੇ ਕਿਹਾ ਮਹਾਰਾਜ ਨਾ ਮਹਾਰਾਜਾ ਰਣਜੀਤ ਸਿੰਘ ਰੋਜ਼ ਮਿਲੇ, ਨਾ ਸੋਨੇ ਦੀ ਬਰਾਗਣ ਮਿਲੇ, ਆਪਾਂ ਵੇਚ ਲੈਂਦੇ, ਡੇਰਾ ਵੱਡਾ ਬਣਾਉਂਦੇ, ਸਵਾਰੀਆਂ ਰੱਖਦੇ, ਲੰਗਰ ਚਲਾਉਂਦੇ, ਦੁਨੀਆਂ ਤੇ ਸ਼ੋਭਾ ਹੁੰਦੀ, ਤੁਸੀਂ ਇਹ ਬਰਾਗਣ ਨਾਂਗੇ ਨੂੰ ਦੇ ਦਿੱਤੀ। ਕਹਿਣ ਲੱਗੇ ਕਾਣਾ ਮੇਰੇ ਗੱਲ 'ਚ ਦਮੂਨੀ ਸੱਪਣੀ ਪਾ ਗਿਆ ਸੀ, ਮੈਂ ਨਾਂਗੇ ਦੇ ਗੱਲ 'ਚ ਪਾਤੀ। ਗੱਲ ਕੇ ਬੋਲੋ ਮੈਂ ਤਾਂ ਜਾਨ ਛਡਾਈ। ਇਹ ਆ ਸੰਤ ਦਾ ਜੀਵਨ। ਅੱਜ ਉਹਨਾਂ ਲੋਕਾਂ ਨੂੰ ਨਮਸਕਾਰਾਂ ਹੋ ਰਹੀਆਂ, ਸਜਦੇ ਹੋ ਰਹੇ, ਉਹਨਾਂ ਦਾ ਨਾਂ ਲੈਣ ਨਾਲ ਮਨ ਨੂੰ ਸ਼ਾਂਤੀ ਆਉਂਦੀ, ਨਾਂ ਲੈਣ ਨਾਲ ਮਨ ਵਿੱਚ ਤਿਆਗ ਵਿਰਾਗ ਦੀਆਂ ਭਾਵਨਾ ਭਾਈ ਪੈਦਾ ਹੋ ਜਾਂਦੀਆਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਸਾਧੂ ਹਨ, ਸਾਧ ਸੰਗ ਮਿਲ ਹਾਰ ਗੁਣ ਗਾਏ, ਅਜਿਹੇ ਮਹਾਤਮਾ ਨਾਲ ਮਿਲ ਕੇ ਹਰੀ ਪਰਮਾਤਮਾ ਦੇ ਗੁਣ ਭਾਈ ਗਾਉਣੇ ਚਾਹੀਦੇ ਹਨ। ਐਸੇ ਜਿਹੜੇ ਸਾਧੂ ਹਨ ਉਹਨਾਂ ਨੂੰ ਬਾਣੀ ਕਹਿੰਦੀ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਔਰ ਜਿਉਂ ਦੂਤਾਂ ਨੂੰ ਕਉ ਦਰਾਸ ਹੈ। ਐਸੇ ਪਵਿੱਤਰ ਮਹਾਂਪੁਰਸ਼ਾਂ ਦੇ ਜੋ ਸਤਸੰਗੀ ਬਣ ਜਾਂਦੇ ਹਨ, ਜਿਹੜੇ ਜਮਦੂਤ ਹਨ, ਉਹਨਾਂ ਨੂੰ ਵੀ ਭੈ ਹੋ ਜਾਂਦਾ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਇਹ ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਸੇਵਕ ਹੈ, ਇਹ ਬਾਬਾ ਜਵਾਲਾ ਸਿੰਘ ਬਾਬਾ ਆਤਰ ਸਿੰਘ ਦਾ ਸੇਵਕ ਹੈ। ਜਮਰਾਜ ਵੀ ਮਨ 'ਚ ਡਰਦੇ ਹੈ ਕਿ ਅਸੀਂ ਭਾਈ ਮਹਾਂਪੁਰਸ਼ਾਂ ਦੇ ਸੇਵਕਾਂ ਦਾ ਲੇਖਾ ਨਹੀਂ ਲੈ ਸਕਦੇ। ਗੱਲ ਕੇ ਬੋਲੋ ਜੇਤੇ ਪੁਨ ਚਰਨ ਸੇਵਕੀ ਨੇ, ਪੁਨ ਚਰਨ ਦਾ ਮਤਲਬ ਹੁੰਦਾ ਜੀ ਪ੍ਰਾਸਚਿਤ, ਇੱਕ ਹੁੰਦਾ ਨਿਤ ਕਰਮ, ਇੱਕ ਹੁੰਦਾ ਨਿਮਿਤ ਕਰਮ। ਨਿਤ ਕਰਮ ਹੈ ਜਿਵੇਂ ਤੁਸੀਂ ਰੋਜ਼ ਨਹਾਉਂਦੇ ਹੈ, ਰੋਜ਼ ਦਾ ਨਿਤਨੇਮ ਕਰਦੇ ਹੈ। ਨਿਮਿਤ ਹੁੰਦਾ ਕਿਸੇ ਨਿਮਿਤ ਨੂੰ ਰੱਖ ਕੇ ਕੋਈ ਪੂਜਾ ਪਾਠ ਲੰਗਰ ਆਦਿ ਜਾਂ ਹੋਰ ਪੁੰਨ ਲਈ ਕਰਮ ਕਰਨਾ। ਕਾਮ ਕਰਮ ਸਵਰਗ ਕਾਮੋ ਜਜੇਤ ਕਰਮ ਪੁਰਿਆ, ਪੁੱਤਰ ਦੀ ਭਾਵਨਾ ਵਾਸਤੇ ਕੋਈ ਜਗ ਆਦਿਕ ਜਿਹੜਾ ਕਰਮ ਹੈ ਉਹ ਭਾਰੀ ਕਰਮ। ਇਸ ਤਰ੍ਹਾਂ ਸਕਾਮ ਹੈ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ, ਨਿਸ਼ਕਾਮ ਹੈ ਕੋਈ ਕਾਮਨਾ ਨਹੀਂ, ਜਿਹੜੀ ਵੀ ਸੇਵਾ ਕਰਦਾ ਨਿਸ਼ਕਾਮ ਹੋ ਕੇ ਕਰਦਾ। ਸੋ ਇੱਕ ਹੈ ਪ੍ਰਾਸਚਿਤ, ਕੋਈ ਇਨਸਾਨ ਤੋਂ ਪਾਪ ਕਰਮ ਹੋ ਗਿਆ ਉਹਦੀ ਨਿਵਿਰਤੀ ਵਾਸਤੇ ਜਿਹੜਾ ਪੁੰਨ ਕਰਮ ਕੀਤਾ ਜਾਏ ਉਹਨੂੰ ਪੁਨਹ ਕਰਮ ਕਹਿੰਦੇ ਆ। ਪ੍ਰਾਸਚਿਤ ਕਰਮ ਪਾਪ ਦੀ ਨਿਵਿਰਤੀ ਵਾਸਤੇ ਕੀਆ ਹੋਇਆ ਕਰਮ, ਪਰ ਅਸੀਂ ਸੋਚਦੇ ਨਹੀਂ। ਕਈ ਵਾਰੀ ਗੱਲ ਕਰਨੀ ਸੌਖੀ ਹੁੰਦੀ ਹੈ, ਉਹਦਾ ਫਲ ਬਹੁਤ ਮਹਿੰਗਾ। ਕੋਈ ਬੰਦਾ ਨਿਰਦੋਸ਼ ਹੈ, ਉਹਦੇ ਉੱਪਰ ਆਪਾਂ ਦੋਸ਼ ਆਰੋਪਣ ਕਰ ਦਿੰਦੇ, ਤੁਮ ਝੂਠੀ ਲਾਉਂਦੇ, ਇਹ ਬਹੁਤ ਵੱਡਾ ਪਾਪ ਹੈ। ਇਹਦੇ ਵਾਸਤੇ ਮਹਾਂਭਾਰਤ 'ਚ ਲਿਖਿਆ, ਬੋੜ ਜਾਂ ਪਿੱਪਲ ਦਾ ਦਰਖਤ ਸੁੱਕਾ ਹੋਵੇ, ਉਹ 'ਚ ਖੋੜ ਖੋਦ ਕੇ ਬੰਦਾ ਵੜ ਜਾਏ, ਅੱਗ ਲਾ ਕੇ ਜੀਂਦਾ ਸੜ ਕੇ ਮਰੇ ਤਾਂ ਪਾਪ ਰਹਿੰਦਾ। ਪਰ ਆਪਾਂ ਨੂੰ ਪਾ ਨਹੀਂ ਲੱਗਦੀ,
ਜਦੋਂ ਤੱਕ ਅਜਿਹੀਆਂ ਗੱਲਾਂ ਨਾ ਕਰੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿੱਤੇ ਉਹਨੇ ਚਰਨ ਸੇਵ ਕਿੰਨੇ, ਜਿਹਨੇ ਵੀ ਪ੍ਰਾਚਿਤ ਕਰਮ ਕਰ ਲੈ ਉਹ ਵੀ ਕਰ ਲੈ, ਮਨ ਧਨ ਪ੍ਰਭ ਕੇ ਚਰਨ ਗਏ। ਪਰ ਜਿਹਨਾਂ ਨੇ ਮਨ ਕਰਕੇ ਬਾਣੀ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦਾ ਗਿਆਨ ਗ੍ਰਹਿਣ ਕਰ ਲਿਆ, ਉਹ ਕਰਮ ਸਾਰੇ ਥੋੜੇ ਆ, ਗੁਰੂ ਦੇ ਚਰਨਾਂ ਦੀ ਖਿਦਮਤ ਵੱਡੀ ਹੈ। ਸੱਚੇ ਬੋਲੋ ਥੋੜੇ ਰਾਜ ਨੇ ਕਿਹੜਾ ਪ੍ਰਾਪਤ ਕਰਮ ਕੀਤਾ? ਸੱਜਣ ਸਾਹਿਬ ਨੇ ਭੂਮੀ ਚੋਰ ਗੁਰੂ ਨਾਨਕ ਦੇ ਚਰਨ ਫੜ ਲਏ, ਗੁਰੂ ਨਾਨਕ ਦੇ ਚਰਨ ਫੜ ਲਏ, ਗੁਰੂ ਨਾਨਕ ਦੀ ਬਾਂਹ ਫੜ ਲਏ। ਜਿਹੜਾ ਤੁਸੀਂ ਰੋਜ਼ ਨਿਤਨੇਮ ਕਰਨਾ ਹੈ ਗੁਰੂ ਨਾਨਕ ਦੀ ਬਾਂਹ ਫੜ ਲਏ, ਗੁਰੂ ਨਾਨਕ ਦੀ ਸਿੱਖਿਆ ਤੇ ਤੁਰਨਾ, ਗੁਰੂ ਨਾਨਕ ਦੀ ਉਂਗਲ ਫੜਨੀ, ਗੁਰੂ ਨਾਨਕ ਦੀ ਸਿੱਖਿਆ ਨੂੰ ਗ੍ਰਹਿਣ ਕਰੋ, ਗੁਰੂ ਨਾਨਕ ਦੇ ਉਪਦੇਸ਼ ਨੂੰ ਗ੍ਰਹਿਣ ਕਰੋ, ਗੁਰੂ ਨਾਨਕ ਦੀ ਬਾਣੀ ਦਾ ਨਿਤਨੇਮ ਗ੍ਰਹਿਣ ਕਰੋ। ਇਹ ਗੁਰੂ ਨਾਨਕ ਦੀ ਬਾਂਹ ਫੜ ਲਈ, ਫਿਰ ਗੁਰੂ ਨਾਨਕ ਆਪਾਂ ਨੂੰ ਮੰਜਰੀ ਧਾਰ 'ਚ ਡੁੱਬਣ ਦੇਵੇਗਾ, ਫਿਰ ਤਾਂ ਸਤਿਗੁਰੂ ਜੀ ਰੱਖਿਆ ਕਰਨਗੇ ਕਰਨਗੇ। ਭਾਈ ਆਵਣ ਜਾਣ ਭਰਮ ਭਉ ਨਾਠਾ, ਇਹ ਜਿਹੜਾ ਆਉਣ ਜਾਣ ਬਣਿਆ ਅੱਜ ਦਾ ਨਹੀਂ ਬਣਿਆ ਹੋਇਆ, ਬਹੁਤ ਜਨਮਾਂ ਦਾ ਬਣਿਆ ਹੋਇਆ, ਪਤਾ ਨਹੀਂ ਕਦੋਂ ਉਹਦਾ ਜੀਵ ਤੁਰਿਆ ਹੋਇਆ, ਕਦ ਤੁਰਿਆ ਰਹਿਣਾ। ਆਹ ਸਫ਼ਰ ਤਾਂ ਤੁਸੀਂ ਬਹੁਤ ਨੇੜੇ ਕਰ ਲਿਆ, ਕਾਰਾਂ ਨਾ ਸੜਕ ਦਾ ਸਫ਼ਰ ਨੇੜੇ ਕਰ ਲਿਆ, ਸਮੁੰਦਰੀ ਜਹਾਜ਼ਾਂ ਨਾ ਪਾਣੀ ਦਾ ਸਫ਼ਰ ਨੇੜੇ ਕਰ ਲਿਆ, ਹਵਾਈ ਜਹਾਜ਼ਾਂ ਨਾ ਆਕਾਸ਼ ਮਾਰਗ ਦੁਆਰਾ ਸਫ਼ਰ ਨੇੜੇ ਕਰ ਲਿਆ, ਨਦੀਆਂ ਦਰਿਆਵਾਂ ਦੇ ਪੁਲ ਬੰਦ ਹੈ ਇਹ ਸਫ਼ਰ ਨੇੜੇ ਕਰ ਲਿਆ, ਫੋਨ ਦੇ ਨਾਲ ਗੱਲਾਂ ਬਾਤਾਂ ਦਾ ਸਫ਼ਰ ਨੇੜੇ ਕਰ ਲਿਆ, ਫੈਕਸ ਨਾਲ ਚਿੱਠੀਆਂ ਚਪੱਟੀਆਂ ਦਾ ਨੇੜੇ ਕਰ ਲਿਆ। ਪਰ ਜਿਹੜਾ ਸਫ਼ਰ ਨੇੜੇ ਕਰਨਾ ਹੈ, ਜਿਹੜੇ ਰੱਬ ਤੋਂ ਵਿਛੜੇ ਹੈ, ਕਦੀ ਇਸ ਸਫ਼ਰ ਵੱਲ ਵੀ ਝਾਤ ਮਾਰੀ ਹੈ ਕਿ ਮੇਰੇ ਕਰਨ ਪੈਰ ਪੁੱਠੇ ਜਾ ਰਹੇ ਕਿ ਸਿੱਧੇ ਜਾ ਰਹੇ? ਗੱਲ ਕੀ ਬੋਲੋ, ਕੱਲ੍ਹ ਪਟਵਾਰੀ ਸਾਹਿਬ ਆਏ ਲਿਸਟਰ ਤੋਂ, ਉਹ ਬਾਬਾ ਮਾਝਾ ਸਿੰਘ ਦੇ ਸੇਵਕ ਹਨ। ਬਾਬਾ ਜੀ ਨੇ ਧੰਨ ਧੰਨ ਬਾਬਾ ਸਿੰਘ ਜੀ ਮਹਾਰਾਜ ਦਾ ਬਚਨ ਸੁਣਾਇਆ, ਪਟਵਾਰੀ ਜੀ ਨੇ ਦੱਸਿਆ ਸਾਨੂੰ ਕਿ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਕਹਿਣ ਲੱਗੇ, ਆਹ ਡੇਰੇ ਡੂਰੇ ਨਾ ਬਹੁਤੇ ਵਧਾ ਕਰੋ, ਸਾਦੀ ਕਿਰਿਆ, ਜਦੋਂ ਤੁਸੀਂ ਇਹਨਾਂ ਕੰਮਾਂ 'ਚ ਪੈ ਗਏ ਤੁਹਾਨੂੰ ਬੰਦਗੀ ਨਹੀਂ ਹੋਣੀ, ਤੁਹਾਡਾ ਲਿਆਉਣੇ ਇੱਟਾਂ ਵੱਟਿਆਂ ਲੋਹਾਂ ਸੀਮਟਾਂ ਹੋਰ ਮਾਇਆ ਪਦਾਰਥਾਂ ਝੋਲੀਆਂ ਫੜ ਕੇ ਮੰਗਦੇ ਫਿਰੋਂਗੇ, ਬਸ ਉੱਥੇ ਸਿੱਧ ਰਹੋ, ਆਕਾਸ਼ ਨੀਲੇ ਦੀ ਛਤਰੀ ਜਿਹੜੀ ਇਹੀ ਬਹੁਤ ਹੈ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਹੈ, ਅੱਜ ਅਸੀਂ ਬੰਦਗੀ ਦਾ ਮਾਰਗ ਬ੍ਰਹਮ ਵਿਦਿਆ ਦਾ ਮਾਰਗ ਛੱਡ ਦਿੱਤਾ, ਇਸ ਪਾਸੇ ਸਾਡਾ ਤਾਣਾ ਬੇਟਾ ਸਾਰੀ ਉਮਰ ਕੁੱਲੀ ਕੁੱਲੀ ਜੁੱਲੀ ਵੱਲ ਲੱਗਾ ਹੋਇਆ। ਠੀਕ ਹੈ ਇਨਸਾਨ ਦੀ ਕੁਝ ਲੋੜ ਹੈ, ਪਰ ਉਨੀ ਕਰੋ ਜਿੰਨੀ ਤੁਹਾਨੂੰ ਲੋੜ, ਇਹ ਨਾ ਹੋਵੇ ਬਾਕੀ ਟੱਪਰੀ ਬਾਸ ਸੁਣ ਕੇ ਸੜਕਾਂ ਦੇ ਧੱਕੇ ਖਾਂਦੇ ਫਿਰਨ, ਉਹਨਾਂ ਜੋਗਾ ਵੀ ਕੁਛ ਰਹਿਣ ਦਿਓ, ਚਾਰ ਦਿਨ ਵੀ ਸੁੱਖ ਦੇ ਕੱਢ ਲੈਣੇ ਸੰਸਾਰ ਤੇ। ਅਸੀਂ ਕਹਿੰਦੇ ਸਾਰਾ ਸੁੱਖ ਸਾਡੇ ਪੇਟੇ ਸਾਡੇ ਪਰਿਵਾਰ ਦੇ ਪੇਟੇ ਪੈ ਜਾਏ, ਬਾਕੀ ਸਾਰਾ ਸੰਸਾਰ ਭਾਈ ਬਿੱਲੇ ਗੁੱਟ ਬਣਿਆ ਰਹੇ ਤੇ ਉਵੇਂ ਪੜ੍ਹ ਲੈਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਾਦਾ ਭਰਾ, ਤੂੰ ਕੋਠੀ 'ਚ ਪਿਆ ਬਾਹਰ ਭਾਈ ਸੜਕਾਂ ਦੇ ਧੱਕੇ ਖਾਂਦੇ ਫਿਰਦੇ, ਤੇਰਾ ਸਰਵਾਦਾ ਭਲਾ ਕੀ ਕਰੇਗਾ? ਸਰਵਤ ਦੇ ਭਲੇ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਗੁਰੂ ਨਾਨਕ ਕੀ ਕਹਿ ਰਿਹਾ। ਮੁਹੰਮਦ ਸਾਹਿਬ ਆਪਣੀ ਲੜਕੀ ਨੂੰ ਰੋਜ਼ ਮਿਲ ਜਾਂਦੇ ਸੀ ਬੀਬੀ ਫਾਤਮਾ, ਬੀਬੀ ਦੀ ਸ਼ਰਧਾ ਬਹੁਤ ਸੀ। ਇੱਕ ਦਿਨ ਗਏ, ਬੀਬੀ ਨੇ ਰੇਸ਼ਮੀ ਲੀੜੇ ਪਾਏ, ਚਾਂਦੀ ਦੇ ਗਲ ਵਿੱਚ ਵੀ, ਗੁੱਟਾਂ 'ਚ ਵੀ, ਪੈਰਾਂ 'ਚ ਵੀ ਗਹਿਣੇ ਪਾਏ, ਝਰੋਖੇ 'ਚ ਬੈਠੀ ਹੈ। ਮੁਹੰਮਦ ਸਾਹਿਬ ਨੇ ਗੁਰੂ ਦੇਖਿਆ, ਪਿੱਛੇ ਮੁੜ ਗਿਆ। ਬੀਬੀ ਨੇ ਕਿਹਾ, ਅੱਬਾ ਜਾਨ ਆਏ ਸੀ, ਕਿਉਂ ਮੁੜ ਗਏ? ਕਾਰਨ, ਉਹਦਾ ਵੀ ਪਿਆਰ ਬਹੁਤ ਸੀ, ਉਹ ਪਿੱਛੇ ਚਲੇ ਗਏ। ਜਿਸ ਵੇਲੇ ਅੱਗੇ ਆਏ, ਮੁਹੰਮਦ ਸਾਹਿਬ ਪੈਰਾਂ ਭਾਰ ਬੈਠੇ ਰੋ ਰਹੇ। ਬੀਬੀ ਨੇ ਕਿਹਾ, ਹਜ਼ਰਤ ਆਪ ਕਿਉਂ ਰੋ ਰਹੇ? ਕਾਰਨ, ਕਹਿਣ ਲੱਗੇ, ਮੈਂ ਰੋ ਰਿਹਾ ਸੀ ਕਿ ਮਸੀਤ ਦੇ ਬਾਹਰ ਭੁੱਖੇ ਬੰਦੇ ਬੈਠੇ ਹੈ ਤੇ ਮੇਰੀ ਲੜਕੀ ਚਾਂਦੀ ਦੇ ਗਹਿਣੇ ਰੇਸ਼ਮੀ ਬਸਤਰ ਪਾ ਕੇ ਝਰੋਖੇ 'ਚ ਬੈਠੀ ਹੈ। ਬੀਬੀ ਆ ਗਈ, ਉਸੇ ਵੇਲੇ ਗਹਿਣੇ ਉਤਾਰ ਦਿੱਤੇ, ਬਸਤਰ ਉਤਾਰ ਦਿੱਤੇ, ਸਾਦੇ ਕੱਪੜੇ ਪਾ ਲੈ, ਮੁਹੰਮਦ ਸਾਹਿਬ ਦੇ ਚਰਨਾਂ 'ਚ ਰੱਖ ਤੇ, ਅੱਬਾ ਜਿਹਨਾਂ ਨੂੰ ਵੇਚ ਕੇ ਨਾ ਗਰੀਬਾਂ ਦਾ ਢਿੱਡ ਭਰ ਦਿਓ। ਇਹ ਹੈ ਮਹਾਂਪੁਰਖਾਂ ਦਾ ਜੀਵਨ, ਸਿਆਣੇ ਲੋਕਾਂ ਦਾ ਜੀਵਨ, ਧਰਮੀ ਲੋਕਾਂ ਦਾ ਜੀਵਨ। ਅਸੀਂ ਕੀ ਕਰ ਰਹੇ ਹਾਂ?
ਸਾਡੀ ਦੌੜ ਕਿਧਰ ਲੱਗੀ ਹੋਈ? ਕਦੀ ਇਸ ਗੱਲ ਦੀ ਵਿਚਾਰ ਕੀਤੀ ਕਿ ਗੁਰੂ ਨਾਨਕ ਦਾ ਸਿਧਾਂਤ ਕੀ ਸੀ? ਅਸੀਂ ਅੱਜ ਕਰੋੜਾਂ ਕੋ ਉਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਭਾਈ ਆਵਣ ਜਾਣ ਭਰਮ ਪੌ ਨਾਠਾ, ਆਉਣੇ ਦਾ ਜਾਣੇ ਦਾ ਜਿੰਨਾ ਭਰਮ ਸੀ, ਜੰਮਣ ਮਰਨ ਦਾ ਸਾਰਾ ਹੀ ਦੌੜ ਗਿਆ। ਜਨਮ ਜਨਮ ਕੇ ਦਿਲ ਵਿੱਚ ਰਹੇ ਉਹ ਜਿਹੜੇ ਨਾਮ ਸਿਮਰਨ ਮਹਾਤਮਾ ਦੇ ਬਚਨ ਅਨੁਸਾਰ ਆਪਣਾ ਜੀਵਨ ਢਾਲਣ ਵਾਲੇ ਲੋਕ ਸਨ, ਉਹਨਾਂ ਨੇ ਇਹਨਾਂ ਸ਼ਬਦਾਂ ਦੀ ਕਮਾਈ ਕਰਕੇ ਕਿਲ ਨਿਸ਼ਚੇ ਕਰਕੇ ਬਿਖ ਵਿਖਿਆਂ ਵੱਲ ਚਾਰੇ ਪ੍ਰਕਾਰ ਦੇ ਪਾਪ, ਬ੍ਰਾਹਮਣ ਕੈਲੀ ਘਾਰ ਕੰਜਕਾ ਅਣਚਾਰੀ ਕਾ ਧਾਨ, ਇਹ ਸਾਰੇ ਪਾਪ ਬ੍ਰਹਮ ਗਿਆਨ ਦੀ ਅਗਨ ਵਿੱਚ ਇਹਨਾਂ ਦਾ ਹੋਮ ਕਰ ਦਿੱਤਾ। ਕਈ ਅੱਗ ਵਿੱਚ ਜੜੀਆਂ ਬੂਟੀਆਂ ਦਾ ਹੋਮ ਕਰਦੇ ਵੀ ਬਹੁਤ ਚੰਗੀ ਗੱਲ ਹੈ, ਪਰ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਪਾਪ ਕਰਮਾਂ ਦਾ ਬ੍ਰਹਮ ਗਿਆਨ ਦੀ ਧੂਣੀ ਵਿੱਚ ਹੋਮ ਕਰ ਦਿੱਤਾ, ਸਾਰੇ ਪਾਪ ਜਲਾ ਕੇ ਰਾਖ ਬਣਾ ਦਿੱਤੇ, ਭਸਮ ਕਰ ਦਿੱਤੇ। ਨਿਰਭਉ ਹੋਏ ਭਜਹੁ ਜਗਦੀਸੈ, ਹੇ ਗੁਰਮੁਖ ਜਨੋ, ਤੁਸੀਂ ਲੋਕ ਲਾਜ ਦੀ ਭੈ, ਸਮਾਜ ਦੀ ਲਾਜ ਦੀ ਭੈ 'ਚ ਬੈਠੇ ਨਹੀਂ। ਗੁਰਦੁਆਰੇ ਜਾਵਾਂਗੇ ਲੋਕ ਕੀ ਕਹਿਣਗੇ, ਅੰਮ੍ਰਿਤ ਛਕਾਂਗੇ ਲੋਕ ਕੀ ਕਹਿਣਗੇ, ਬਾਣੀ ਪੜ੍ਹਾਂਗੇ ਸੰਤਾਂ ਦੀ ਸੰਗਤ ਕਰਾਂਗੇ ਲੋਕ ਕੀ ਕਹਿਣਗੇ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਦਾ ਭੈ ਨਾ ਕਰਿਆ ਕਰੋ, ਚੰਗੇ ਮਾਰਗ 'ਤੇ ਤੁਰਨ ਵਾਸਤੇ ਨਿਰਭੈ ਹੋ ਕੇ ਚੱਲਣਾ ਚਾਹੀਦਾ। ਨਿਰਭਉ ਹੋਏ ਭਜਹੁ ਜਗਦੀਸੈ, ਤਾਂ ਦਾਰੂ ਕੋਲ ਹੀ ਬੈਠੇ ਸਨ। ਬੀਬੀ ਬੰਤੀ ਸੀ ਤਨੂਲੀ ਪਿੰਡ ਦੀ, ਹੁਣ ਭਾਈ ਗੁਆਂਢੀ ਹੈ ਪਟੋਰੀ ਦਾ ਨਾ, ਅਤੇ ਉਹ ਬੀਬੀ ਕਹਿਣ ਲੱਗੀ, ਮਹਾਰਾਜ ਤੁਸੀਂ ਮਸਤਾਨੇ ਦਾਨੇ ਬਹੁਤ ਰੱਖਦੇ ਹੈ। ਇਹ ਗੱਲਾਂ ਬੀਬੀ ਦਇਆ ਕੌਰ ਸੀ, ਉਹ ਵੀ ਬਹੁਤ ਦੂਰ ਜ਼ਰੂਰ ਬੋਲ ਜਾਂਦੀ ਸੀ, ਸੰਤਾਂ 'ਚ ਜਨਮ ਸ਼ਕਤੀ ਬਹੁਤ ਸੀ। ਇਹ ਕਈ ਵਾਰੀ ਸਭ ਗੱਲਾਂ ਕਰ ਜਾਂਦੀ ਹੈ, ਕੋਈ ਸਹੁਰਾ ਲੱਗਦਾ, ਕੋਈ ਪਤਿਆਰਾ, ਕੋਈ ਜੇਠ ਦੇਰ ਬੈਠਾ, ਲੋਕ ਕੀ ਕਹਿਣਗੇ, ਬੀਬੀਆਂ ਕਿਉਂ ਜਾਂਦੇ ਹੈ। ਸੰਤ ਕਹਿਣ ਲੱਗੇ ਜੇ ਲੋਕ ਰਾਜ ਦਾ ਡਰ ਆ ਇੱਥੇ ਨਾ ਆ ਕਰ, ਇੱਥੇ ਤਾਂ ਸਹਿਣੀਆਂ ਪੈਣੀਆਂ, ਜਰਨੀਆਂ ਪੈਣੀਆਂ, ਫਿਰ ਮਨ ਦੀ ਅਵਸਥਾ ਬਣਨੀ। ਬੋਲਿਆਂ ਦੀ ਮਾਰ ਖਾ ਕਰਕੇ ਚੌਲ ਚਿੱਟੇ ਹੁੰਦੇ ਨੇ, ਕਸਵੱਟੀ ਝਲਣੀ ਪੈਣੀ, ਪਰ ਫਿਰ ਲੋ ਜੀ ਕਸਵੱਟੀਆਂ ਪਾਸ ਹੋ ਗਏ ਉਹ ਲੋਕ। ਅਤੇ ਬੀਬੀ ਜੀ ਨੇ ਕੋਈ ਕੋਈ ਬਹੁਤ ਭਿਆਨਕਰ ਸ਼ਬਦ ਕਿਹਾ, ਅਤੇ ਬਾਬਾ ਜੀ ਕਹਿਣ ਲੱਗੇ, ਮਹਾਰਾਜ ਇਹਦਾ ਮੂੰਹ ਬਹੁਤ ਖੁੱਲ੍ਹ ਗਿਆ। ਬਾਬਾ ਤਰਲੋਕ ਸਿੰਘ ਜੀ ਕਹਿਣ ਲੱਗੇ, ਤੁਸੀਂ ਕਾਹਲੇ ਤੜਪੀ ਜਾਂਦੇ ਹੈ, ਇਹ ਪਿਛਲੇ ਜਨਮ ਦੀ ਮੇਰੀ ਮਾਂ ਆ, ਜੋ ਮਰਜ਼ੀ ਮੈਨੂੰ ਕਹੇ। ਦੇਖੋ ਮਹਾਂਪੁਰਸ਼ਾਂ ਦੀ ਇੱਛਾ, ਸੰਤ ਕਿੱਥੇ ਖੜਾ, ਅਸੀਂ ਨਾ ਕਿਤੇ ਮੱਖੀ ਨਹੀਂ ਲੈਣ ਦਿੰਦੇ, ਕਿਉਂਕਿ ਖਾਦ ਖੋਦ ਸਾਧੂ ਸਹੇ ਔਰ ਪੈਸਾ ਰਿਹਾ ਨਾ ਜਾਏ, ਔਰ ਜਿਹੜਾ ਪੁੱਟ ਪਟਈਆ ਧਰਤੀ ਦਾ ਹੈ ਇਹ ਧਰਤੀ ਬਰਦਾਸ਼ਤ ਕਰਦੀ ਹੈ, ਖਾਦ ਖੋਦ ਧਰਤੀ ਸਹੇ ਔਰ ਕੱਟ ਕਟਾਈ ਜਿਹੜਾ ਉਹ ਦਰਖਤ ਸਹਿੰਦਾ, ਕਟੂ ਵਚਨ ਸਾਧੂ ਸਹਿੰਦਾ ਹੋਰ ਤੋਂ ਨਹੀਂ ਸਹਿਲ, ਖਾਦ ਖੋਦ ਧਰਤੀ ਸਹੇ ਕਾਟ ਕੂਟ ਬਣ ਰਹੇ, ਦਰਖਤ ਨੂੰ ਜਿੰਨਾ ਮਰਜ਼ੀ ਕੱਟੀ ਜਾਓ ਵੱਢੀ ਜਾਓ, ਕਹਿੰਦਾ ਉਹ ਚੰਦਨ ਦਾ ਦਰਖਤ ਕੁਹਾੜੇ ਨਾਲ ਵੱਢ ਦਿਓ, ਉਹ ਕੁਹਾੜੇ ਦਾ ਮੂੰਹ ਸੁਗੰਧੀ ਨਾਲ ਭਰ ਦਿਓ, ਆਪਾਂ ਨੂੰ ਮਾੜਾ ਜਿਹਾ ਕਹਿ ਦਿਓ, ਉਹਦਾ ਮੂੰਹ ਆਪਾਂ ਉਹੋ ਜਿਹੇ ਜ਼ਹਿਰ ਨਾਲ ਭਰਾਂਗੇ, ਘਰ 'ਤੇ ਜਾਂਦਾ ਫਟੇ ਦੇ ਪਾਉਣ ਵਾਲਾ ਹੋ ਜਾਂਦਾ। ਸਾਡੀ ਆਲ ਦੇ ਜਿਵੇਂ ਇਹੋ ਜਿਹਾ ਜ਼ਹਿਰੀਲਾ ਟੀਕਾ ਲਾਉਣਾ, ਪਰਮੇਸ਼ਰ ਜਿੰਦਾ ਰੱਖ ਲੈ ਜਿੰਦੀ ਗੱਲ ਹੈ, ਪਰ ਆਪਾਂ ਨਹੀਂ ਰਹਿਣ ਦੇਣਾ। ਕਾਟ ਕੂਟ ਬਣ ਰਾਏ, ਕਟੂ ਵਚਨ ਸਾਧੂ ਸਹਿਰੇ, ਕੌੜਾ ਵਚਨ ਸਾਧੂ ਬਰਦਾਸ਼ਤ ਕਰਦਾ, ਔਰ ਪੈਸਾ ਹੈ ਨਾ ਜੈ ਸੰਤ ਬਾਬਾ ਅਕਬਾਲ ਸਿੰਘ ਜਿਹਨੀਆਂ ਅਕੈਡਮੀਆਂ ਬਣਾਈਆਂ, ਉਹਨਾਂ ਵਿਰੁੱਧ ਬੜੇ ਲੇਖ ਛਪਦੇ ਰਹੇ। ਕੱਲ ਇੱਕ ਪ੍ਰਬੰਧਕ ਨੇ ਗੱਲ ਸੁਣਾਈ, ਕਹਿੰਦੇ ਅਸੀਂ ਕਿਹਾ ਬਾਬਾ ਜੀ ਸਾਡੀ ਕਮੇਟੀ ਨੂੰ ਕੋਈ ਸਪਾਇਸ਼ੀ ਕਰਨ ਦਿਓ, ਤੁਹਾਡੇ ਵਿਰੁੱਧ ਲੇਖ ਛਪਦੇ ਹੈ। ਉਹ ਕਹਿੰਦੇ ਬਾਬਾ ਅਕਰ ਸਿੰਘ ਜੀ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਹੈ, ਜੇ ਕੋਈ ਕੁਹਾੜਾ ਲੈ ਕੇ ਤੁਹਾਡੀ ਧੌਣ ਵੱਢਣ ਆ ਜਾਏ, ਉਹਨੂੰ ਕਹਿਣਾ ਸਾਡੀ ਧੌਣ ਤੁਹਾਡੇ ਲਈ ਹਾਜ਼ਰ ਹੈ। ਗੱਲ ਕੇਵਲ ਆ ਕੇ ਕਹੇ ਦੂਜਿਆ ਕੀ ਕਰਦਾ, ਉਹਦੇ ਮੋਹਰੇ ਵੀ ਉੱਤਰ ਨਹੀਂ ਜਾਣਾ, ਢੂਹੀ ਵਿੱਚ ਆ ਕੇ ਲੱਤ ਮਾਰੇ ਅਤੇ ਧੌਣ ਮੁੜ ਕੇ ਦੇਖਣਾ ਨਹੀਂ। ਇਹ ਹੈ ਸੰਤ ਲੋਕਾਂ ਦੀਆਂ ਗੱਲਾਂ, ਖਿਮਾ ਧੰਨ ਸੰਗ੍ਰਹਿ, ਇਤਨੀ ਵੱਡੀ ਖਿਮਾ ਆ ਜਾਂਦੀ। ਸੋ ਜੇ ਸਾਧੂ ਬੰਦੇ ਬਹਾਦਰ ਨੂੰ ਸ਼ਾਸਤਰ ਫੜ ਲੈ, ਫਿਰ ਦੇਖ ਲਓ ਜ਼ੁਲਮ ਦਾ ਨਾਸ਼ ਕਰਕੇ ਸਾਹਿਬਜ਼ਾਦਿਆਂ ਦੇ ਮਹਾਰਾਜ ਦੇ ਬਦਲੇ ਲੈ ਕੇ ਧਰਮ ਦਾ ਝੰਡਾ ਵੀ ਚਲਾ ਦਿੰਦਾ, ਸਰਾਂਦ ਦੀ ਅੱਡ ਵੀ ਖੜਕਾਉਂਦਾ, ਸਾਧੂ ਇੱਥੇ ਤੇ ਨਹੀਂ ਹੈਗਾ। ਐਸੀ ਗੱਲ ਨਹੀਂ, ਬਿਲਕੁਲ ਇਹ ਮੂਜੀ ਹੈ, ਬਹਾਦਰ ਵੀ ਬਹੁਤ ਹੁੰਦਾ।
ਨਿਰਭਉ ਹੋਇ ਭਜਹੁ ਜਗਦੀਸੈ। ਨਿਰਭਉ ਹੋ ਕੇ ਜਗ ਦੇ ਈਸ਼ਰ ਮਾਲਕ ਦਾ ਭਜਨ ਕਰੋ ਭਾਈ, ਇਹੋ ਪਦਾਰਥ ਬੜ ਭਾਗ ਲਏ। ਇਹ ਨਾਮ ਜਪਣ ਰੂਪੀ, ਗਿਆਨ ਰੂਪੀ, ਪ੍ਰੇਮ ਰੂਪੀ, ਸ਼ਰਧਾ ਰੂਪੀ, ਭਗਤੀ ਰੂਪੀ ਪਦਾਰਥ ਇਹ ਵੱਡਿਆਂ ਭਾਗਾਂ ਨਾਲ ਮਿਲਦਾ। ਆ ਦੂਏ ਪਦਾਰਥ ਤਾਂ ਤੁਸੀਂ 8 ਘੰਟੇ ਮਜ਼ਦੂਰੀ ਕਰਦੇ ਹਾਂ, ਕੁਝ ਪੌਂਡ ਲੈ ਆਉਂਦੇ ਹਾਂ, ਬਾਜ਼ਾਰ ਤੋਂ ਮਿਲ ਜਾਂਦੇ ਆ, ਪਰ ਜਿਹੜਾ ਨਾਮ ਰੂਪੀ ਪਦਾਰਥ ਹੈ ਇਹ ਕਿਸੇ ਦੁਕਾਨ ਤੋਂ ਨਹੀਂ ਮਿਲਦਾ। ਨਾਮ ਪਦਾਰਥ ਰਤਨ ਹੈ ਪੂਰੇ ਸਤਿਗੁਰ ਪਾਸ। ਇੱਕ ਤਾਂ ਧਰਮ ਪਦਾਰਥ ਹੈ, ਇੱਕ ਅਰਥ ਹੈ, ਇੱਕ ਪੁੱਤਰ ਰੂਪੀ ਹੈ, ਇੱਕ ਮੋਕਸ਼ ਰੂਪ ਹੈ। ਦੋ ਪਦਾਰਥ ਦੁਨਿਆਵੀ ਹੈ, ਦੋ ਪਰਮਾਰਥੀ ਹੈ। ਮਾਇਆ ਦੇ ਪੁੱਤਰ ਦੁਨਿਆਵੀ ਹੈ, ਧਰਮ ਤੇ ਮੁਕਤੀ ਪਰਮਾਰਥੀ। ਸੋ ਇਹਨਾਂ ਦੋਹਾਂ ਦੇ ਅੰਦਰ ਮਾਇਆ ਤੇ ਪੁੱਤਰ ਨੂੰ ਰੱਖਿਆ। ਪਹਿਲਾਂ ਇਹ ਨਹੀਂ ਕਿਹਾ ਅਰਥ, ਪੁੱਤ, ਧਰਮ ਤੇ ਮੁਕਤੀ ਨਹੀਂ ਕਹੀ। ਪਹਿਲਾਂ ਕਿਹਾ ਧਰਮ, ਇਹ ਕਿਹਾ ਅਰਥ, ਇਹ ਕਿਹਾ ਕਾਮ, ਕਾਮ ਤੋਂ ਲੈਣਾ ਪੁੱਤਰ, ਫਿਰ ਕਿਹਾ ਮੋਕਸ਼। ਇਹਨਾਂ ਦੋਹਾਂ ਨੂੰ ਇਹਦੇ ਵਿੱਚ ਰੱਖਿਆ ਕਿ ਸੁਤੰਤਰ ਹੋ ਕੇ ਖਲਾਓ ਨਾ ਪੈਦਾ ਕਰਨ ਪਏ। ਫਿਰ ਚਾਰ ਪਦਾਰਥ ਸਾਡੇ ਸੰਪਰ ਦਾ ਟਸਾਲ ਵਾਲਿਆਂ ਨੇ ਮੰਨੇ। ਇੱਕ ਜਨਮ ਪਦਾਰਥ ਹੈ, ਇਹ ਮਨੁੱਖ ਜਨਮ ਜਿਹੜਾ ਇਹ ਵੀ ਬਹੁਤ ਵੱਡਾ ਪਦਾਰਥ ਹੈ। ਇਹ ਅਕਾਲ ਪੁਰਖ ਦੀ ਕਿਰਪਾ ਨਾਲ ਮਨੁੱਖ ਦੇ ਮਿਲੀ ਹੈ। ਕੋਈ ਸ਼ਰਾਬਾਂ, ਕੋਈ ਕਬਾਬਾਂ, ਕੋਈ ਨਸ਼ਿਆਂ, ਕੋਈ ਫੈਸ਼ਨਾਂ ਵਿੱਚ ਇਹਨੂੰ ਤਬਾਹ ਕਰ ਰਿਹਾ। ਆਪਾਂ ਇਹਦੀ ਕਦਰ ਹੀ ਨਹੀਂ ਜਾਣਦੇ। ਮਨੁੱਖ ਜਨਮ ਕਿੰਨਾ ਕੀਮਤੀ, ਬਸ ਕੌੜੇ ਪਾਣੀ ਦੀ ਪਿਆਲੀ ਪਿੱਛੇ ਇਹਨੂੰ ਬਰਬਾਦ ਕਰੀ ਜਾਂਦੇ, ਫੀਮ ਦੀ ਵਲੀ ਪਿੱਛੇ, ਡੋਡਿਆਂ ਦੀ ਚੁੰਡੀ ਪਿੱਛੇ ਬਰਬਾਦ ਕਰੀ ਜਾਂਦੇ। ਕਦੀ ਵਿਚਾਰ ਕੀਤੀ ਆ, ਵਿਚਾਰਿਆ ਕਰੋ ਭਾਈ, ਇਹ ਤਾਂ ਬਹੁਤ ਵੱਡਾ ਪਦਾਰਥ ਹੈ, ਕੀਮਤੀ। ਕਹਿੰਦੇ ਸੋਨੇ ਨੂੰ ਅੱਗ 'ਚ ਪਘਲਾਉਣ ਨਾ, ਡਲੀ ਬਣਾਉਣ ਨਾ, ਕੁੱਟਣ ਨਾ, ਕੱਟਣ ਨਾ ਨਹੀਂ ਰੁਕਦਾ। ਜੇ ਸੋਨੇ ਨੂੰ ਰੱਤੀਆਂ ਦੇ ਬਰਾਬਰ ਤੁਰੀਏ ਦੁੱਖਦਾ, ਮੈਂ ਸੋਨਾ ਇਹ ਮੈਨੂੰ ਅਰਦਕਾਂ ਨਾਲ ਤੋਲਦੇ। ਉਹ ਮਨੁੱਖ ਜਨਮ ਨੂੰ ਤੁਸੀਂ ਸ਼ਰਾਬਾਂ ਨਾਲ ਤੋਲਦੇ ਹੋ, ਫੈਸ਼ਨਾਂ ਨਾਲ ਤੋਲਦੇ ਹੋ, ਵਿਸ਼ੇ ਵਿਕਾਰਾਂ ਨਾਲ ਤੋਲਦੇ ਹੋ। ਮਨੁੱਖ ਜਨਮ ਦੇ ਬਰਾਬਰ ਤਾਂ ਕੋਈ ਚੀਜ਼ ਹੀ ਨਹੀਂ। ਇਹ ਤਾਂ ਨਾਮ ਦੇ ਨਾਲ ਤੋਲੋ, ਗਿਆਨ ਨਾਲ ਤੋਲੋ। ਮਾਨਸ ਜਨਮ ਬੜ ਪੁੰਨੇ ਪਾਇਆ, ਰਾਵਣ ਬੇਰਾ ਰਾਮ, ਲੱਖ 84 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ, ਤੋ ਆਏ ਜਾਏ ਦੁੱਖ ਪਾਏ ਦਾ। ਇੱਥੋਂ ਡਿਗਿਆ ਨੂੰ 83 ਲੱਖ ਜੋਨਾ ਆ। ਹੁਣ ਮਨੁੱਖ ਜਨਮ ਮਿਲਿਆ, ਫਿਰ ਵੀ ਆਸ ਕਰਦੇ ਹਾਂ, ਫਿਰ ਕੀ ਹੁੰਦਾ? ਕੱਲ ਕਿਨ ਦੇਖਿਆ? ਅੱਜ ਵਰਤਮਾਨ ਦੀ ਸੰਭਾਲ ਕਰੋ, ਕੱਲ ਕੋਲ ਕੋਈ ਚੀਜ਼ ਨਹੀਂ ਹੁੰਦੀ। ਨਿਰਭਉ ਹੋਇ ਭਜਹੁ ਜਗਦੀਸੈ, ਇਹ ਉਹ ਪਦਾਰਥ ਵੱਡ ਭਾਗ ਲਏ। ਇਹ ਪਦਾਰਥ ਵੱਡਿਆਂ ਭਾਗਾਂ ਵਾਲੇ ਲਹੇ ਮੈਨੇ ਪ੍ਰਾਪਤ ਕਰਦੇ ਹਨ। ਆਖਰੀ ਬੇਨਤੀ ਹੈ, ਕਰ ਕਿਰਪਾ ਪੂਰਨ ਪ੍ਰਭ ਦਾਤੇ। ਪੂਰਨ ਉਹ ਹੁੰਦਾ ਜਿਹਦੇ ਕਦੀ ਅਧੂਰਾਪਨ ਨਾ ਹੋਵੇ। ਪੂਰਨ ਲੋਕਾਂ ਦੀਆਂ ਗੱਲਾਂ ਬਹੁਤ ਪੂਰੀਆਂ। ਬਾਬਾ ਨਾਮ ਸਿੰਘ ਜੀ ਮਹਾਰਾਜ ਪੁੱਛਣ ਵਾਲੇ ਪੂਰਨ ਸੰਤ ਸਨ, ਜਿਹਨਾਂ ਤੋਂ ਬਾਲ ਦਾਸ ਜਨਤਾ ਰਾਮ ਔਰ ਰਤਨ ਸਿੰਘ ਡੋਲੀ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਰੋਸਾਏ, ਉਹਨਾਂ ਦਾ ਸੇਵਕ ਸੀ ਨੀਲਾ। ਬਾਬਾ ਜੀ ਕਹਿਣ ਲੱਗੇ, ਨੀਲਿਆ ਜਾ ਘੜਾ ਲਿਆ ਪਏ। ਨੀਲੇ ਨੇ ਵਿਚਾਰਿਆ, ਪਾਣੀ ਬਹੁਤ ਦੂਰ ਆ, ਡਿੱਬੇ ਆ, ਰੇਲ ਸਥਾਨ ਆ, ਜੇ ਖਾਲੀ ਲਿਆ ਆਉਂਦੇ ਬਾਬਾ ਜੀ ਇਹ ਨਾ ਕਹਿਣ ਤੂੰ ਖਾਲੀ ਲਿਆ, ਭਰ ਕੇ ਨਹੀਂ ਲਿਆ। ਉਹ ਘੜਾ ਪਹਿਲੇ ਭਰ ਕੇ ਲਾਇਆ, ਬਹੁਤ ਸਿਆਣਾ, ਤੇ ਦੋ ਗੇੜੇ ਲਾਉਣੇ ਪੈਣਗੇ, ਆਪਾਂ ਵੀ ਨਹੀਂ ਕਰਦੇ, ਦੂਆ ਗੇੜਾ ਨਾ ਲਾਉਣਾ ਪਵੇ ਭਾਈ। ਭਰ ਕੇ ਲਾਇਆ ਮਹਾਰਾਜ ਘੜਾ ਲੈ, ਉਹ ਭਾਈ ਤੈਨੂੰ ਖਾਲੀ ਗਿਆ ਜੀ, ਤੂੰ ਭਰ ਕੇ ਲੈ, ਚੰਗਾ ਹੈ ਹੁਣ ਭਰਿਆ ਹੀ ਰਹੂਗਾ। ਕਦੋਂ ਦੇ ਬਾਬਾ ਪੁੱਛਣ ਵਾਲੇ, ਜੋਤੀ ਜੋ ਸਮਾਗਰ, ਘੜਾ ਹਾਲੇ ਵੀ ਭਰਿਆ। ਕਈਆਂ ਨੇ ਟਰਾਈ ਕੀਤੀ ਹੈ ਨਲ ਕੇ ਗੇੜ ਗੇੜ ਪਾਣੀ ਪਾਉਣ ਦੀ, ਉਛਲ ਜਾਏ ਨਾ, ਉਹ ਉਛਲਦਾ ਨਾ ਉਹ ਗੁਣਾ ਹੁੰਦਾ, ਉਵੇਂ ਦਾ ਉਵੇਂ ਪਿਆ। ਇਹ ਪੂਰਨ ਲੋਕਾਂ ਦੀਆਂ ਗੱਲਾਂ। ਇੱਕ ਵਾਰੀ ਆ ਗਿਆ ਨਾਸਤਕ, ਅਸੀਂ ਚੋਗਰੇ ਅਸੀਂ ਭਰਦੇ ਹਾਂ, ਜਿਹੜਾ ਬਹੁਤਾ ਚੌਧਰੀ ਸੀ, ਬਸ ਜਿਹਦੇ ਘੜਿਆ ਲੱਗਿਆ ਉਦੋਂ ਦਿਮਾਗ ਦੀ ਖੋਪੜੀ ਦਾ ਪਟਾਕਾ ਪਿਆ, ਮੂੰਹ ਦਾ ਆਵੇ ਡਿੱਗ ਪਿਆ, ਭਰਦਾ ਭਾਈ ਦਲ ਕੇ ਬੋਲੋ ਪੂਰਨ ਪੁਰਸ਼। ਉੱਥੇ ਅਧੂਰਾਪਨ ਹੈ ਹੀ ਨਹੀਂ। ਮੈਂ ਉਹਨਾਂ ਸੰਤਾਂ ਦਾ ਉਪਾਸ਼ਕ ਹਾਂ, ਐਸੇ ਸੰਤਾਂ ਨੂੰ ਮੈਂ ਦਿਨ ਰਾਤ ਨਮਸਕਾਰ ਕਰਦਾ। ਹਰ ਸੰਤਨ ਕਰ ਨਮੋ ਨਮੋ, ਨੌਨਿਤ ਪਾਵੈ ਅਤੁਲ ਸੁਖ।
ਐਸੇ ਸੰਤਾਂ ਨੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਨਮਸਕਾਰ ਉਹਨਾਂ ਦੀ ਸੇਵਾ ਕਰਕੇ ਉਤੁਰਲ ਸੁੱਖ ਜਿਹੜਾ ਤੋਲਿਆ ਹੀ ਨਹੀਂ ਜਾਂਦਾ ਉਹ ਪ੍ਰਾਪਤ ਹੋ ਜਾਂਦਾ। ਕੁੱਤੇ ਲੰਗਰ ਜਾ ਗਏ ਭਾਂਡੇ ਜੂਠੇ ਕਰ ਗਏ ਨੀਲਾ ਕਹਿੰਦਾ ਤੁਸੀਂ ਮਰ ਨਹੀਂ ਗਏ ਕੁੱਤੇ ਮਰ ਗਏ ਉਹਦੀ ਵਿਚਾਰੇ ਦੀ ਸ਼ਿਕਾਇਤ ਲੱਗ ਗਈ ਬਾਬਾ ਜੀ ਕੁੱਤੇ ਮਾਰਤੇ ਕਹਿਣ ਲੱਗੇ ਉਹ ਤਾਂ ਦਰਵੇਸ਼ ਹੁੰਦੇ ਸਾਧੂ ਵੀ ਦਰਵੇਸ਼ ਕਹਿੰਦੇ ਇਹ ਵੀ ਮੁਰਗੀ ਖਾ ਕੇ ਦਰ ਵਿੱਚ ਰਹਿੰਦਾ ਸਾਧੂ ਵੀ ਪਰਮਾਤਮਾ ਦੇ ਦਰ ਵਿੱਚ ਰਹਿੰਦਾ ਸਾਡੀ ਤਾਂ ਇੱਕੋ ਜਾਤ ਹੈ ਤੂੰ ਮਾਰ ਦੇ ਜਾ ਜੀਂਦੇ ਕਰ ਹੁਣ ਮੁੜ ਕੇ ਤੇਰੇ ਭਾਂਡੇ ਨਹੀਂ ਜੂਠੇ ਕਰ ਡੇਰੇ ਦੇ ਅੰਦਰ ਹੀ ਨਹੀਂ ਵੜਨ ਬਚਨੋ ਉਹਨ ਕੰਨੋ ਬੜ ਬੜ ਠਾਲੇ ਜੀਂਦੇ ਹੋ ਗਏ ਅੱਜ ਵੀ ਨਿਜਮ ਆ ਉੱਤੇ ਬਾਹਰ ਰਹਿੰਦੇ ਡੇਰੇ ਦੇ ਅੰਦਰ ਨਹੀਂ ਆਉਂਦੇ ਮਹਾਂਪੁਰਖਾਂ ਦਾ ਬਚਨ ਅੱਜ ਵੀ ਉੱਥੇ ਖੜਾ ਗੱਲ ਚ ਸੰਗਲ ਪਾ ਕੇ ਵੀ ਘੜੀ ਸੋ ਜਾਂਦੇ ਹੀ ਸਾਧੂ ਦਾ ਬਚਨ ਪੂਰੇ ਪੁਰਸ਼ਾਂ ਦਾ ਬਚਨ ਬ੍ਰਹਮ ਗਿਆਨੀ ਲੋਕਾਂ ਦਾ ਬਚਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਲੋਕ ਕਰ ਕਿਰਪਾ ਪੂਰਨ ਪ੍ਰਭ ਦਾਤੇ ਜਾਂ ਦਾ ਪ੍ਰਭੂ ਪੂਰਾ ਜਾਂ ਉਹਦੀ ਗੁਰਬਾਣੀ ਪੂਰੀ ਹੈ ਜਾਂ ਜਿਹੜੇ ਉਹਦੇ ਨਾਲ ਜੁੜ ਗਏ ਉਹ ਪੂਰੇ ਬਾਕੀ ਦਾ ਸਭ ਅਧੂਰਾ ਹੀ ਕੰਮ ਆ ਕਰ ਕਿਰਪਾ ਪੂਰਨ ਪ੍ਰਭ ਦਾਤੇ ਹੇ ਪੂਰਨ ਪ੍ਰਭੂ ਹੇ ਪ੍ਰਭੂ ਦਾਤੇ ਸਾਡੇ ਤੇ ਕਿਰਪਾ ਕਰ ਦਿਓ ਨਿਰਮਲ ਜਸ ਨਾਨਕ ਦਾਸ ਕਹੇ ਤੁਹਾਡਾ ਆਪਣੇ ਆਪ ਨੂੰ ਨਿਰਮਲ ਪਵਿੱਤਰ ਕਰਨ ਲਈ ਜਸ ਦਾਸ ਹਮੇਸ਼ਾ ਹੀ ਕਹਿੰਦਾ ਹੋਵੇ ਸਾਡਾ ਮਨ ਪਵਿੱਤਰ ਹੋ ਜਾਵੇ ਤੁਹਾਡਾ ਜਸ ਕਰਦੇ ਰਹੀਏ ਗੁਣ ਗਾਵੋ ਤੇ ਉਤਰ ਸਮੈਲ ਦਿਨ ਸਜਾਏ ਹੁਣ ਮੈਂ ਦੁੱਖ ਹੈ ਇਹ ਹੈ ਸਤਿਗੁਰੂ ਗਰੀਬ ਨਵਾਸ ਜੀ ਦੀ ਪਰਮ ਪਵਿੱਤਰ ਬਾਣੀ ਦਾ ਸੰਦੇਸ਼ ਜਿਹੜੇ ਗੁਰਮੁਖ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਧੰਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜਾਣ ਕੇ ਗ੍ਰਹਿਣ ਕਰਨਗੇ ਉਹਨਾਂ ਦਾ ਲੋਕ ਪ੍ਰਲੋਕ ਸਫਲਾ ਤੇ ਸੁਹੇਲਾ ਹੋ ਜਾਵੇਗਾ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਸ਼ੇਰਗਿੱਲ ਸਾਹਿਬ ਮੰਡ ਸਾਹਿਬ ਸਾਰੀ ਪ੍ਰਬੰਧਕ ਕਮੇਟੀ ਅਤੇ ਸਾਰੇ ਸੇਵਾਦਾਰਾਂ ਦਾ ਗ੍ਰੰਥੀ ਸਿੰਘਾਂ ਦਾ ਹਰਬੀ ਸਿੰਘਾਂ ਦਾ ਔਰ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਦੋ ਦਿਨ ਤੁਹਾਡੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੋ ਬਾਣੀ ਸਦਾਨ ਇਹਦੇ ਵਿਚਾਰ ਸਰਵਣ ਕਰਾਉਣੇ ਹੈ ਕੱਲ੍ਹ ਨੂੰ ਜਾਣਦਾ ਤਾਂ ਮੈਂ ਤੁਹਾਨੂੰ ਹਾਂ ਤੁਸੀਂ ਮੈਨੂੰ ਜਾਣਦੇ ਹੁਣ ਤਾਂ ਮੈਨੂੰ ਇੰਨਾ ਵੀ ਪਤਾ ਕਿਹੜੇ ਕਿਹੜੇ ਆਏ ਕਿਹੜੇ ਕਿਹੜੇ ਨਹੀਂ ਆਏ ਅਜੇ ਵੱਲੋਂ ਭਾਈ ਰਜਿਸਟਰ ਦੇ ਹਾਜ਼ਰੀ ਲੱਗੇ ਗੈਰ ਹਾਜ਼ਰੀ ਨਾ ਇਹ ਹਾਜ਼ਰੀ ਲਵਾਉਂਗੇ ਤੁਹਾਨੂੰ ਗੁਰੂ ਨਾਨਕ ਦੇ ਰਜਿਸਟਰ ਬੇਰ ਸਾਹਿਬ ਹਾਜ਼ਰੀ ਲਵੋਗੇ ਲੋ ਤੁਹਾਡੀ ਮਰਜ਼ੀ ਹੈ ਗੈਰ ਹਾਜ਼ਰ ਰਹਿਣਾ ਇਹ ਹਾਜ਼ਰ ਹੋਣਾ ਇਸ ਕਰਕੇ ਕੱਲ ਨੂੰ ਬੀਬੀਆਂ ਦਾ ਭਾਈ ਤੁਸੀਂ ਆਪਣੇ ਬੀਬੀਆਂ ਦੇ ਜਥੇ ਲਿਆਓ ਭਾਈਓ ਤੁਸੀਂ ਆਪਣੇ ਜਥੇ ਲਾਇਓ ਇਹ ਲਾਹੇ ਦੇ ਲੱਡੂ ਆ ਭਾਈ ਇਹ ਲੈ ਲੈਣੇ।